जस टीवी देख रहे हो तुसीं, मैं के पी सिंह स्वागत करदा। पंज विधानसभा सूबियां दीआं चोणां जिहड़ियां होणियां सीगियां ते उहनां चोणां दे नतीजे आ गए ते नतीजिआं दे विच कांग्रेस खुश नज़र आ रही है ते कमल मुरझाया हुआ नज़र आ रहा। इस सब दे विचाले खेतरी पार्टियां दा अपना रोल हैगा, दो सूबे दे विच उन्होंने कब्जा कर लिया हैगा। इस सब दे विचाले सवाल यह हैगा कि 2019 तक दा इह रस्ता 2018 वाला इह किवें तय होवेगा। राहुल गांधी नूं प्रधान बनने नूं 1 साल हो गया ते राहुल गांधी लई वक्खरा जशन हैगा कि प्रधानगी दे 1 साल पूरे होण ते सूबे दे विच उन्हां नूं जित दा जशन जिहड़ा मनाउण दा मौका मिलिया। ते इन्हां सारियां चोणां दा बाकी सूबियां ते की इंपैक्ट पवेगा, उह वी सवाल हैगा। सवाल पंजाब ते वी असर होवेगा, हरियाणा ते असर होवेगा, नॉर्थ इंडिया उस ते किन्ना असर होवेगा, उस सारे दी वी गल होवेगी जरूर। सवाल इक्को पुछा जाएगा कि भारतीय जनता पार्टी हारी है जां कांग्रेस जित्ती है। ਆਈ ਬਹਿਸ ਜਿਹਨਾਂ ਬਿੰਦੂਆਂ 'ਤੇ ਕਰ ਰਹੇ ਹਾਂ ਦੱਸ ਦਈਏ, ਬਿੰਦੂ ਵੈਸੇ ਤੁਹਾਨੂੰ ਸਾਰੇ ਕਲੀਅਰ ਹੈ ਕਿ 2018 ਦਾ ਚੋਣ ਦੰਗਲ ਆ, 5 ਸੂਬਿਆਂ ਦੇ ਵਿਧਾਨ ਸਭਾ ਚੋਣ ਨਤੀਜਿਆਂ ਦਾ ਐਲਾਨ ਹੋ ਗਿਆ। ਭਾਜਪਾ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ। ਰਾਜਸਥਾਨ, ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਬਣਾਉਣ ਨਾਲ ਵੱਧ ਚੁੱਕੀ ਹੈ। ਭਾਰਤੀ ਜਨਤਾ ਪਾਰਟੀ 3 ਸੂਬਿਆਂ ਵਿੱਚ ਬਾਜ਼ਾਰ ਦਿਹਾਉਣ 'ਚ ਨਾਕਾਮ ਹੈ। ਹਾਲਾਂਕਿ ਕੋਈ ਜੋੜ ਤੋੜ ਹੋ ਸਕਦੀ ਹੈ, ਜਿਹਦੇ ਵਿੱਚ ਖਤਰਾ ਹੋ ਸਕਦਾ ਹੈ, ਪਰ ਫਿਲਹਾਲ ਦੀ ਸਥਿਤੀ ਇਹੀ ਦੱਸ ਰਹੀ ਹੈ। ਮਿਜ਼ੋਰਮ ਵਿੱਚ ਮਿਜ਼ੋ ਨੈਸ਼ਨਲ ਫਰੰਟ ਅਤੇ ਤੇਲੰਗਾਨਾ ਵਿੱਚ TRS ਨੂੰ ਮੌਕਾ ਮਿਲਿਆ। ਮੱਧ ਪ੍ਰਦੇਸ਼ ਵਿੱਚ 15 ਸਾਲ ਤੋਂ ਸੀ ਭਾਜਪਾ ਦੀ ਸਰਕਾਰ, ਸੀ ਤੋਂ ਹੈ, ਰਹੇਗਾ ਕਿ ਨਹੀਂ ਰਹੇਗਾ ਸਾਨੂੰ ਨਹੀਂ ਪਤਾ। 13 ਸਾਲ ਤੋਂ ਸ਼ਿਵਰਾਜ CMC, ਇਹ ਸਾਨੂੰ ਜ਼ਰੂਰ ਪਤਾ ਹੈਗਾ। ਛੱਤੀਸਗੜ੍ਹ ਵਿੱਚ ਅਜੀਤ ਜੋਗੀ ਅਤੇ ਮਾਇਆਵਤੀ ਦੇ ਗਠਜੋੜ ਨੇ ਰਮਨ ਸਿੰਘ ਨੂੰ ਚੁਣੌਤੀ ਦੇ ਦਿੱਤੀ ਹੈ। 15-15 ਸਾਲਾਂ ਵਾਲੀਆਂ ਸਰਕਾਰਾਂ ਸੀਗੀਆਂ ਅਤੇ ਹੁਣ ਬਾਹਰ ਜਾਣ ਦਾ ਮੌਕਾ ਮਿਲਦਾ ਪਿਆ ਹੈਗਾ। ਰਾਜਸਥਾਨ ਵਿੱਚ ਪਿਛਲੀਆਂ 5 ਚੋਣਾਂ ਤੋਂ ਹਰ ਵਾਰ ਸਰਕਾਰ ਬਦਲੀ ਜਾਂਦੀ ਰਵਾਇਤ ਦੁਹਰਾਈ ਜਾ ਰਹੀ ਹੈ ਕਿ ਕਹਿੰਦੇ ਰੇਤ ਤੇ ਜ਼ਿਆਦਾ ਟਿਕਿਆ ਨਹੀਂ ਜਾ ਸਕਦਾ ਅਤੇ ਰੇਤ ਕਿਰਦੀ ਹੈ ਜਦੋਂ ਮੁੱਠੀਆਂ ਵੇਚਦੀ, ਅਤੇ ਰਾਜਸਥਾਨ ਵਿੱਚ ਇਹੀ ਹਾਲ ਹੁੰਦਾ ਜਿਹੜੀ ਵੀ ਸਿਆਸਤ ਦੂਜੀ ਵਾਰ ਕੋਸ਼ਿਸ਼ ਕਰਦੀ ਹੈ। ਤੇਲੰਗਾਨਾ ਵਿੱਚ TRS ਲਗਾਤਾਰ ਦੂਜੀ ਵਾਰ ਜਿੱਤ ਵਧੀ ਹੈ, ਕਾਂਗਰਸ ਦੂਜੇ ਨੰਬਰ 'ਤੇ ਹੈ। ਪੂਰਬ ਉੱਤਰ ਵਿੱਚ ਕਾਂਗਰਸ ਦੀ ਵਜ਼ਾਰਤ ਵਾਲੇ ਇਕੱਲੇ ਸੂਬੇ ਮਿਜ਼ੋਰਮ ਵਿੱਚ ਹੁਣ MNF ਦਾ ਸਿੱਕਾ ਚੱਲੇਗਾ। ਸਵਾਲ ਇੱਕ ਪੁੱਛਾਂਗੇ, ਸਵਾਲ ਇਸ ਵੀ ਪੁੱਛਾਂਗੇ 2018 ਦੇ ਵਿਧਾਨ ਸਭਾ ਚੋਣ ਨਤੀਜੇ 2019 ਦੀ ਸਿਆਸੀ ਤਸਵੀਰ ਵਿੱਚ ਕਿਹੜਾ ਰੰਗ ਭਰਨ ਕੇ ਇਹ ਰੰਗ ਜਿਹੜਾ ਭਗਵਾਂ ਹੋਵੇਗਾ ਕਿ ਨਹੀਂ ਹੋਵੇਗਾ। ਸਵਾਲ ਬਹੁਤ ਮਹੱਤਵਪੂਰਨ ਹੈ ਕਿਉਂਕਿ ਰੰਗ ਤਾਂ ਬਦਲ ਦਿੱਤੇ ਆ, ਨਾਮ ਬਦਲ ਦਿੱਤੇ ਆ ਅਤੇ ਉਹਨਾਂ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਿਆ। ਇਹਨਾਂ ਸਵਾਲਾਂ 'ਤੇ ਬਹਿਸ ਕਰਨੀ ਹੈਗੀ ਆ। ਖਾਸ ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰੁਫ ਕਰਾ ਰਿਹਾ। ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ, ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮੁਹੰਮਦ ਖਾਲਿਦ ਪੋਲੀਟੀਕਲ ਐਨਲਿਸਟ ਨੇ, ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਡਾਕਟਰ ਤਾਰਾ ਸੰਧੂ ਕਾਂਗਰਸ ਤੋਂ, ਡਾਕਟਰ ਤਾਰਾ ਸੰਧੂ ਤੁਹਾਡਾ ਬਹੁਤ ਸਵਾਗਤ ਹੈ। ਮਾਲਵ ਸਿੰਘ ਕੰਗ ਭਾਰਤੀ ਜਨਤਾ ਪਾਰਟੀ ਤੋਂ, ਇਹਨਾਂ ਇਹ ਤਾਂ ਉਹਨਾਂ ਸੂਬਿਆਂ ਵਿੱਚ ਚੋਣ ਪ੍ਰਚਾਰ ਵੀ ਦੇਖ ਆਏ ਆ। ਕੰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਅਤੇ ਗਗਨਦੀਪ ਚੌਹਾਨ ਮੇਰੇ ਸਹਿਯੋਗੀ ਮੇਰੇ ਨਾਲ ਆ। ਮਾਲਵ ਸਿੰਘ ਕੰਗ, ਮੈਂ ਤਾਂ ਸਿੱਧਾ ਸਵਾਲ ਉੱਥੇ ਹੀ ਕਰੂੰਗਾ, ਪਹਿਲਾਂ ਤੁਸੀਂ ਮੁਬਾਰਕ ਦੇ ਦਿਓ ਦੇਣੀ ਤਾਂ ਕਾਂਗਰਸ ਮੁਬਾਰਕ ਤਾਂ ਬਣਦੀ ਹੈ ਜੀ। ਕਾਂਗਰਸ ਦੇ ਦਿਓ ਨਾ, ਦਿਲ ਖੋਲ੍ਹ ਕੇ ਕਿਉਂ ਨਹੀਂ ਦਿੰਦੇ? ਨਹੀਂ ਤਾਂ ਮੈਂ ਤਾਂ ਸਾਰੀ ਕਾਂਗਰਸ ਪਾਰਟੀ ਨੂੰ ਔਰ ਜਿਹੜੇ ਸਾਡੇ ਸਾਥੀ ਹੈ ਸੀਨੀਅਰ ਤਾਰਾ ਸਿੰਘ ਜੀ, ਉਹਨਾਂ ਨੂੰ ਬਹੁਤ ਬਹੁਤ ਪਹਿਲਾਂ ਤਾਂ ਵਧਾਈ ਦਿੰਦਾ ਜਿਹੜੇ ਇਲੈਕਸ਼ਨ ਨਤੀਜੇ ਆਏ। ਉਹ ਕਾਂਗਰਸ ਦੀ ਸਾਰੀ ਪਾਰਟੀ ਇਸ ਵਧਾਈ ਦੀ ਹੱਕਦਾਰ ਹੈ। ਚਲੋ, ਬੜੇ ਬੜੇ ਸਾਲਾਂ ਬਾਅਦ ਮੌਕਾ ਆਇਆ, ਤੁਹਾਨੂੰ ਵਧਾਈ ਦਿੰਦਾ ਹੈ। ਮਾਲਵ ਸਿੰਘ ਕੰਗ, ਸਵਾਲ ਬੜਾ ਮਹੱਤਵਪੂਰਨ ਆ। ਤੁਹਾਡੇ ਆਪਣੇ ਲੀਡਰ ਹੁਣੇ ਕਹਿਣ ਲੱਗ ਪਏ ਆ ਕਿ ਜਿਹੜੇ ਮੁੱਦਿਆਂ ਦੀ ਗੱਲ ਛੱਡ ਕੇ ਤੁਸੀਂ ਆਹ ਰਾਮ ਜੀ ਦੀ ਗੱਲ ਕਰਨ ਲੱਗ ਪਏ ਸੀਗੇ, ਹਨੂੰਮਾਨ ਦੀ ਜਾਤੀ ਤੱਕ ਪੁੱਛਣ ਲੱਗ ਪਏ ਸੀਗੇ, ਅਤੇ ਜਿਹੜੇ ਵਿਕਾਸ ਦੇ ਮੁੱਦੇ ਉਹਨਾਂ ਤੁਸੀਂ ਛੱਡਤਾ ਸੀ, ਤੁਸੀਂ ਲੀਹ ਤੋਂ ਭਟਕਿਆ ਅਤੇ ਲੋਕਾਂ ਨੇ ਤੁਹਾਨੂੰ ਦੱਸ ਦਿੱਤਾ ਕਿ ਵਿਕਾਸ ਦੀ ਰਾਜਨੀਤੀ ਕਰੋ, ਰਾਮ ਹਨੂੰਮਾਨ ਦੀ ਰਾਜਨੀਤੀ ਨਾ ਕਰੋ। ਕੰਗ ਸਾਹਿਬ, ਕੀ ਜਵਾਬ ਦਿਓਗੇ? ਜੀ ਦੇਖੋ, KP ਜੀ, ਜਦੋਂ 2014 'ਚ ਮੋਦੀ ਸਾਹਿਬ ਦੀ ਸਰਕਾਰ ਬਣੀ ਭਾਰਤੀ ਜਨਤਾ ਪਾਰਟੀ ਨੂੰ, ਪਿਛਲੇ 30 ਸਾਲਾਂ 'ਚ ਇੱਕ ਪਾਰਟੀ ਨੂੰ ਐਡਾ ਵੱਡਾ ਬਹੁਮਤ ਮਿਲਿਆ ਅਤੇ ਲੋਕਾਂ ਦੀਆਂ ਐਕਸਪੈਕਟੇਸ਼ਨਸ, ਉਮੀਦਾਂ ਡਿਵੈਲਪਮੈਂਟ ਨੂੰ ਲੈ ਕੇ, ਵਿਕਾਸ ਨੂੰ ਲੈ ਕੇ ਬਹੁਤ ਸਾਰੀਆਂ ਸੀਗੀਆਂ, ਔਰ ਉਸੇ ਉਮੀਦ ਨਾਲ ਹੀ ਲੋਕਾਂ ਨੇ ਮੋਦੀ ਸਾਹਿਬ ਨੂੰ ਔਰ ਭਾਰਤੀ ਜਨਤਾ ਪਾਰਟੀ ਸਰਕਾਰ। ਮੈਂ ਤਕੀਦ ਕਰਨਾ ਚਾਹੁੰਗਾ ਕੰਗ ਸਾਹਿਬ, ਆਪਾਂ ਸਮਾਂ ਆਪਣੇ ਕੋਲ ਘੱਟ ਹੈ, ਜੇ ਤੁਸੀਂ ਕਹਿੰਦੇ 2 ਘੰਟੇ ਦੀ ਬਹਿਸ ਕਰਨੀ, ਮੈਂ ਉਹ ਵੀ ਕਰ ਲਊਂਗਾ, ਤਾਂ ਮੈਂ ਕਹਿੰਦਾ ਆਪਾਂ ਮੁੱਦੇ 'ਤੇ ਰਹੀਏ। ਤੁਸੀਂ ਇੱਥੇ ਮੁੱਦੇ ਤੋਂ ਭਟਕ ਰਹੇ ਹੋ, ਮੁੱਦੇ 'ਤੇ ਨਹੀਂ, ਮੁੱਦੇ 'ਤੇ ਤੁਸੀਂ ਇੱਥੇ ਹੀ ਮੁੱਦੇ ਭਟਕ ਰਹੇ ਹੋ। ਮੈਂ ਇਹ ਕਹਿ ਰਿਹਾ ਜਿਹੜੀ ਤੁਸੀਂ ਮੇਰੇ ਕੋਲ ਸਵਾਲ ਕੀਤਾ, ਮੈਂ ਉਸ 'ਤੇ ਆ ਰਿਹਾ ਸੀ ਵੀ 2 ਸਾਲ ਪਹਿਲੇ 14 ਤੋਂ ਲੈ ਕੇ 16 ਤੱਕ ਮੋਦੀ ਸਰਕਾਰ ਜਿਹੜਾ ਡਿਵੈਲਪਮੈਂਟ ਦਾ ਮੁੱਦਾ ਉਸ 'ਤੇ ਰਹੀ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਇਹਦੇ 'ਚ ਵੀ ਮੰਨਣ 'ਚ ਮੈਨੂੰ ਕਿਸੇ ਤਰ੍ਹਾਂ ਦਾ ਕੋਈ ਗੁਰੇਜ਼ ਨਹੀਂ ਆ। ਜਿਹੜੇ ਵੀ ਕੁਛ ਔਰਗਨਾਈਜੇਸ਼ਨਾਂ ਜਿਹੜੀਆਂ ਸੌਫਟ ਸੀ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ, ਉਹਨਾਂ ਨੇ ਜਿਹੜਾ ਕਮਿਊਨਲ ਏਜੰਡਾ ਚਲਾਇਆ, ਜਾਂ ਲਿੰਚਿੰਗ ਵਾਲਾ ਇਸ਼ੂ ਹੋਵੇ, ਜਾਂ ਗਾਵਾਂ ਵਾਲਾ ਇਸ਼ੂ ਹੋਵੇ, ਜਾਂ
ਤੁਸੀਂ ਜਿਹੜਾ ਜ਼ਿਕਰ ਕੀਤਾ ਉਹਦਾ ਇੰਪੈਕਟ ਸਵਾਲ ਸਿੱਧਾ ਕਰ ਦਵਾਂ ਸਵਾਲ ਸਿੱਧਾ ਕਰ ਦਵਾਂ ਮੋਦੀ ਮਾਡਲ ਫੇਲ ਹੋ ਰਿਹਾ ਜਾਂ ਰਮਨ ਰਾਜਾ ਮਾਡਲ ਫੇਲ ਹੋ ਗਿਆ ਨਹੀਂ ਦੇਖੋ ਮੋਦੀ ਮਾਡਲ ਦਾ ਫੈਸਲਾ ਤੇ 2019 ਦੇ ਮੋਦੀ ਮਾਡਲ ਫੇਲ ਨਹੀਂ ਹੋ ਰਿਹਾ ਮੋਦੀ ਮਾਡਲ ਫੇਲ ਨਹੀਂ ਹੋ ਰਿਹਾ ਹਾਂ ਨਹੀਂ ਮੋਦੀ ਮਾਡਲ ਨਹੀਂ ਹਜੇ ਫੇਲ ਕਹਿ ਸਕਦੇ ਆਪਾਂ ਅੱਛਾ ਹਜੇ ਨਹੀਂ ਕਹਿ ਸਕਦੇ ਪਰ ਤੁਸੀਂ ਕਹਿ ਸਕਦੇ ਕਿਉਂਕਿ ਸਟੇਟਾਂ ਦੀਆਂ ਜਿਹੜੀਆਂ ਦੇਖੋ ਮੱਧ ਪ੍ਰਦੇਸ਼ 15 ਸਾਲ ਹੋ ਗਏ ਸੀ ਕੇਪੀ ਜੀ ਛੱਤੀਸਗੜ੍ਹ 'ਚ ਵੀ 15 ਸਾਲ ਹੋ ਗਏ ਸੀ ਰਾਜਸਥਾਨ ਨੇ ਆਪਣੇ ਇਤਿਹਾਸ ਨੂੰ ਦੁਹਰਾਇਆ ਕੰਗ ਸਾਹਿਬ ਇਹ ਹਾਰ ਦਾ ਨਾਂ ਬਦਲ ਕੇ ਕਦੋਂ ਰੱਖ ਰਹੇ ਹੋ ਨਹੀਂ 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 ਦੇਖੋ ਨਾਂ ਬਦਲਦੇ ਰਹਿੰਦੇ ਹੋ ਨਾ ਤੁਸੀਂ ਨਾਂ ਬਦਲ ਦਿਓ ਇੱਕ ਹਾਰ ਦਾ ਨਾਂ ਬਦਲ ਕੇ ਹੁਣ ਜਿੱਤ ਰੱਖ ਦਿਓ ਨਹੀਂ ਨਹੀਂ ਉਹ ਮੈਂ ਕਹਿੰਦਾ ਵੀ ਜਿਹੜਾ ਨਾਂ ਬਦਲਣ ਵਾਲੀ ਪ੍ਰਕਿਰਿਆ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਉਦੋਂ ਵੀ ਹੁੰਦਾ ਰਿਹਾ ਪਰ ਇਸ ਮੁਲਕ 'ਚ ਕਮਿਊਨਲ ਏਜੰਡਾ ਨਹੀਂ ਚੱਲ ਵੈਸੇ ਵੀ ਤੁਸੀਂ ਹਾਰ ਨੂੰ ਜਿੱਤ ਵਿੱਚ ਬਦਲਦੇ ਰਹੇ ਹੋ ਧੱਕੇ ਨਾਲ ਜਾਂ ਸਿੱਧੇ ਤਰੀਕੇ ਨਾਲ ਨਹੀਂ 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 ਇਤਿਹਾਸ ਜਿਹੜਾ ਨਾਂ ਬਦਲਣ ਦਾ ਤੇ ਕਿਹੜਾ ਤਰੀਕਾ ਹੈ ਜਿਹੜਾ ਜਿਹੜਾ ਪ੍ਰੋਸੀਜਰ ਹੈ ਸੰਵਿਧਾਨ 'ਚ ਮੈਂਸ਼ਨ ਹੈ ਉਹਦੇ ਹਿਸਾਬ ਨਾਲ ਬਦਲਿਆ ਜਾ ਸਰਕਾਰ ਤੋਂ ਬਾਹਰ ਤੋਂ ਤੁਸੀਂ ਸਰਕਾਰ ਤੋਂ ਇਨਕਲੂਡ ਮੈਂ ਪਹਿਲਾਂ ਹੀ ਕਹਿਤਾ ਨਾ ਜੀ ਮੈਂ ਬੜੀ ਇਮਾਨਦਾਰੀ ਨੇ ਕਿਹਾ ਕੁਝ ਆਰਗੇਨਾਈਜੇਸ਼ਨਾਂ ਦਾ ਏਜੰਡਾ ਜਿਹੜਾ ਉਹ ਹਾਵੀ ਰਿਹਾ ਹੈ ਪਿਛਲੇ ਦਿਨਾਂ 'ਚ ਉਹਦਾ ਇੰਪੈਕਟ ਜਿਹੜਾ ਇਹ ਕੁਝ ਆਰਗੇਨਾਈਜੇਸ਼ਨ ਕਹਿ ਕੇ ਤੁਸੀਂ ਆਪਦੇ ਆਪ ਨੂੰ ਬਚਾਅ ਦੇ ਮੂਡ ਵਿੱਚ ਹੋ ਯੋਗੀ ਸਾਹਿਬ ਦਾ ਏਜੰਡਾ ਨਹੀਂ ਮੈਂ ਯੋਗੀ ਸਾਹਿਬ ਨੂੰ ਸਿੱਧਾ ਟਾਰਗੇਟ ਕੀਤਾ ਜਾ ਰਿਹਾ ਦੇਖੋ ਤੁਹਾਡੇ ਆਪਦੇ ਬੰਦੇ ਕਰ ਰਹੇ ਆ ਰਾਜ ਸਭਾ MP ਸੰਜੇ ਕਾਕੜੇ ਦਾ ਬਿਆਨ ਤੁਸੀਂ ਸੁਣਿਆ ਸੁਰਿੰਦਰ ਦਾ ਬਿਆਨ ਸੁਣਿਆ ਤੇ ਅਸੀਂ ਬਲੀਆ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਦਾ ਬਿਆਨ ਸੁਣਿਆ ਤੁਹਾਡੇ ਆਪਦੇ ਬੰਦੇ ਕਹਿ ਰਹੇ ਹੁਣ KP ਜੀ ਜਿਹੜਾ ਇਲੈਕਸ਼ਨ 'ਚ ਕੀ ਕਾਰਨ ਰਹੇ ਹਾਰ ਦੇ ਤੇ ਪਾਰਟੀ ਸਮੀਖਿਆ ਕਰੂਗੀ ਇੰਡੀਵਿਜੁਅਲੀ ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਸਕਦਾ ਜੋ ਮੈਂ ਮਹਿਸੂਸ ਕਰਦਾ ਐਜ਼ ਏ ਵਰਕਰ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਜਿਹੜਾ ਡਿਵੈਲਪਮੈਂਟ ਦਾ ਮੁੱਦਾ ਉਹ ਤੋਂ ਕਿਤੇ ਨਾ ਕਿਤੇ ਭਟਕੀ ਹੈ ਸਰਕਾਰ ਉਹਦਾ ਇੰਪੈਕਟ ਸਟੇਟਾਂ ਤੇ ਪਿਆ ਤਾਰਾ ਸੰਧੂ ਜੀ ਇਹ ਰਾਹੁਲ ਗਾਂਧੀ ਜਿੱਤ ਹੈ ਜਾਂ ਭਾਰਤੀ ਜਨਤਾ ਪਾਰਟੀ ਹਰੀ ਆ ਆਪਦੀਆਂ ਗਲਤੀਆਂ ਕਰਕੇ ਦੇਖੋ ਜੀ ਇਹਨੇ 'ਚ ਦੋ ਹੀ ਗੱਲਾਂ ਰਲੀਆਂ ਹੁੰਦੀਆਂ ਇਹਨੂੰ ਬਿਲਕੁਲ ਇੱਕ ਦੂਜੇ ਤੋਂ ਸੈਪਰੇਟ ਰਾਜਨੀਤੀ 'ਚ ਨਹੀਂ ਕੀਤਾ ਜਾਂਦਾ ਮੈਂ ਸਮਝਦਾ ਕਿ ਮੈਂ ਤਾਂ ਹੀ ਸੈਪਰੇਟ ਕਰ ਰਿਹਾ ਨਾ ਸੈਪਰੇਟ ਕਰਕੇ ਦੇਖ ਸਕਦੇ ਹਾਂ ਰਾਹੁਲ ਗਾਂਧੀ ਜਿੱਤ ਹੈ ਮੈਂ ਇਹ ਕਹਿਣਾ ਚਾਹੁੰਦਾ ਕਿ 4.5 ਸਾਲ ਦਾ ਜਿਹੜਾ ਰਾਜ ਹੈ BJP ਦਾ ਉਹਦੇ ਵਿੱਚ ਜਿਸ ਤਰੀਕੇ ਨਾਲ ਜਿਹੜੇ 70 ਸਾਲਾਂ 'ਚ ਖੜ੍ਹੇ ਕੀਤੇ ਇੰਸਟੀਟਿਊਸ਼ਨ ਅਤੇ ਉਹਨਾਂ ਦੀ ਕ੍ਰੈਡੀਬਿਲਟੀ ਹੈ ਉਹਨੂੰ ਬਹੁਤ ਵੱਡੀ ਢਾਲ ਲੱਗੀ ਨੰਬਰ 2 'ਤੇ ਜਿਹੜਾ ਰਾਮ ਮੰਦਿਰ ਦਾ ਇਸ਼ੂ ਸੀ ਭੀੜਤੰਤਰ ਸੀ ਇਹੋ ਜਿਹਾ ਕੁਛ ਮਨੋਰਟੀਆਂ 'ਚ ਖੌਫ ਪੈਦਾ ਕੀਤਾ ਗਿਆ ਉਹਦਾ ਉਹ ਫੈਕਟਰ ਵੀ ਹੈ ਪਰ ਸਭ ਤੋਂ ਵੱਡਾ ਫੈਕਟਰ ਮੈਂ ਸਮਝਦਾ ਕਿ ਰੂਰਲ ਇੰਡੀਆ ਨੂੰ ਜਿਹੜਾ ਇਗਨੋਰ ਕੀਤਾ ਨਾ 4.5 ਸਾਲਾਂ 'ਚ ਜੇ ਇਸ ਨਾਲ ਮੈਂ ਇਤਫਾਕ ਰੱਖਦਾ ਹਾਂ ਇਹ ਜਿਹੜੀ ਤੁਸੀਂ ਹੁਣ ਗੱਲ ਕੀਤੀ ਰੂਰਲ ਇੰਡੀਆ ਨੂੰ ਜਿਹੜਾ ਇਗਨੋਰ ਕੀਤਾ ਇਹ ਇਸੇ ਕਰਕੇ ਜੇ ਇਕੱਲੀ ਮੱਧਿਆ ਪ੍ਰਦੇਸ਼ ਦੀ ਲਓ ਤਾਂ ਅਰਬਨ 'ਚ BJP ਜਿੱਤਦੀ ਹੈ ਤੇ ਰੂਰਲ ਦੇ ਵਿੱਚ ਜਿਹੜੀ ਹੈ ਉਹ ਕਾਂਗਰਸ ਪਾਰਟੀ ਜਿੱਤਦੀ ਹੈ ਇਹ ਗੁਜਰਾਤ ਦੀਆਂ ਚੋਣਾਂ ਤੋਂ ਪ੍ਰੋਸੈਸ ਸ਼ੁਰੂ ਹੋਇਆ ਉਦੋਂ ਵੀ ਅਰਬਨ 'ਚ BJP ਜਿੱਤੀ ਸੀ ਤੇ ਰੂਰਲ 'ਚ ਉਹ ਜਿੱਤੀ ਸੀ ਇਹ ਜਿਹੜਾ ਵੱਡਾ ਫੈਕਟਰ ਇਹਨਾਂ ਚੋਣਾਂ 'ਚ ਹੈ ਉਹ ਰੂਰਲ ਨੂੰ ਇਗਨੋਰ ਕਰਨ ਦਾ ਬਾਕੀ ਤਾਂ ਮਿਹਨਤ ਹੈ ਇੱਕ ਕੰਸਟਰਕਟਿਵ ਅਪੋਜੀਸ਼ਨ ਦੇ ਤੌਰ 'ਤੇ ਕਾਂਗਰਸ ਨੇ ਜਿਹੜਾ ਪਿਛਲੇ ਸਮੇਂ 'ਚ ਰੋਲ ਅਦਾ ਕੀਤਾ ਕੁਦਰਤੀ ਤੌਰ 'ਤੇ ਤਾਂ ਹੀ ਅਲਟਰਨੇਟਿਵ ਸੰਤ ਸਾਹਿਬ ਇਸ ਵਾਰ EVM ਵਿੱਚ ਕੋਈ ਗੜਬੜੀ ਨਹੀਂ ਹੈ ਨਾ ਨਹੀਂ ਜੀ ਅੱਛਾ ਯਕੀਨ ਹੋ ਗਿਆ 2019 ਵਿੱਚ ਹੋ ਸਕਦਾ ਵੀ ਕੁਛ ਹੋ ਜੇ ਜਦੋਂ ਉਹ ਆਊਗਾ ਉਦੋਂ ਦੇਖੇ ਜਾਂਗੇ ਤਾਂ ਫੈਕਟ ਹੀ ਗੱਲ ਕੀਤੀ ਜਾ ਸਕਦੀ ਹੈ ਸ਼ੂਟ ਕਰੇਗਾ ਤਾਂ ਦੇ ਦੋਗੇ ਨਹੀਂ ਨਹੀਂ ਸ਼ੂਟ ਕਰੇਗਾ ਦੀ ਨਹੀਂ ਇਸ ਗੱਲ 'ਚ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਮੇਘਾਲਿਆ ਦੇ ਵਿੱਚ ਜਿਹੜੇ ਬ੍ਰਿਟਿਸ਼ ਪੀਰੀਅਡ ਦੇ ਬੈਠੇ ਹੋਏ ਆ ਸਿੱਖ ਉਹਨਾਂ ਦੇ ਸਕੂਲ ਸਾੜ ਦਿਓ ਉਹਨਾਂ ਨੂੰ ਉੱਥੋਂ ਕੱਢੋ ਜਿਹੜੇ ਕਿਹੜੇ ਜ਼ਮਾਨੇ ਦੇ ਗਏ ਹੋਏ ਪੰਜਾਬ ਤੋਂ ਜਿਹੜੇ ਪੰਜਾਬੀ ਕਿਸਾਨ ਹੈ ਉਹਨਾਂ ਨੂੰ ਗੁਜਰਾਤ ਚੋਂ ਕੱਢੋ ਠੀਕ ਹੈ ਤਾਰਾ ਸੰਧੂ ਇੱਕ ਤਾਰਾ ਸੰਧੂ ਨੇ ਮੁਹੰਮਦ ਖਾਲਿਦ ਬੜੀ ਇੰਪੋਰਟੈਂਟ ਗੱਲ ਕਹੀ ਹੈ ਕਿ ਰੂਰਲ ਏਰੀਆ ਅਤੇ ਅਰਬਨ ਉਸ ਨੂੰ ਵੰਡ ਕੇ ਦੇਖਣ ਜ਼ਰੂਰਤ ਹੈਗੀ ਆ ਮੇਰਾ ਸਵਾਲ ਇਸ ਕਰਕੇ ਸੀਗਾ ਤੁਹਾਨੂੰ ਰਾਜਸਥਾਨ ਦੇ ਵਿੱਚ ਜਿਹੜਾ ਨਤੀਜਾ ਆਇਆ ਹੈਗਾ ਰਾਜਸਥਾਨ ਹਵਾ ਮਹਿਲ ਦੇ ਬਾਹਰ ਜਿਹੜੇ ਵਪਾਰੀ ਬੈਠੇ ਨੇ ਮੈਂ ਉਹਨਾਂ ਨੂੰ ਮਿਲ ਕੇ ਵੀ ਆਇਆ ਸੀਗਾ ਉਹ GST ਡੀਮੋਨਟਾਈਜੇਸ਼ਨ ਨੂੰ ਨਿੰਦ ਰਹੇ ਆ ਇਹਦਾ ਮਤਲਬ ਜਿਹੜਾ ਸ਼ਹਿਰੀ ਵਰਗ ਹੈਗਾ ਉਹਨੂੰ ਵੀ BJP ਨੇ ਨਾਰਾਜ਼ ਕਰ ਲਿਆ ਨਹੀਂ ਦੇਖੋ ਇੱਦਾਂ ਹੈਗਾ ਕਿ 2-3 ਚੀਜ਼ਾਂ ਬੜੀਆਂ ਇੰਪੋਰਟੈਂਟ ਹੈ ਐਂਟੀ ਇਨਕੰਬੈਂਸੀ ਤਾਂ ਹੈ ਇਹਦੇ 'ਚ ਕੋਈ ਦੋ ਰਾਏ ਨਹੀਂ ਡਬਲ ਤਾਂ ਨਹੀਂ 15 ਸਾਲ ਕੋਈ ਵੀ ਪਾਰਟੀ ਸਰਕਾਰ ਡਬਲ ਐਂਟੀ ਇਨਕੰਬੈਂਸੀ ਕਾਂਗਰਸ ਦੇ ਖਿਲਾਫ ਵੀ ਡਬਲ ਐਂਟੀ ਇਨਕੰਬੈਂਸੀ ਸੀ 2014 ਦੇ ਵਿੱਚ ਮੈਂ ਇਹ ਕਹਿ ਰਿਹਾ ਕਿ ਜਿਸ ਵੇਲੇ ਆਪਾਂ ਇਹ ਗੱਲ ਕਰਦੇ ਹਾਂ ਕਿ ਪਰਫੋਰਮੈਂਸ ਹੈ ਇੱਕ ਚੀਜ਼ ਬਿਲਕੁਲ ਕਲੀਅਰ ਹੈ ਕਿ ਆਪੋਜੀਸ਼ਨ ਇਸ ਚੀਜ਼ 'ਚ ਕਾਮਯਾਬ ਹੋ ਗਈ ਹੈ ਵੋਟਰ ਨੂੰ ਕਨਵਿੰਸ ਕਰਨ ਦੇ ਵਿੱਚ ਕਿ ਇਹ ਕਾਰਪੋਰੇਟ ਫਰੈਂਡਲੀ ਸਰਕਾਰ ਹੈ ਇਹ ਕਿਸਾਨ ਫਰੈਂਡਲੀ ਸਰਕਾਰ ਨਹੀਂ ਹੈ ਨੰਬਰ 1 ਦੂਸਰਾ ਜਿਹੜਾ ਕਾਂਗਰਸ ਨੇ ਕਿਹਾ ਕਿ ਅਸੀਂ ਕਰਜ਼ਾ ਮਾਫ਼ ਕਰਾਂਗੇ ਕਿਸਾਨਾਂ ਦਾ 10 ਦਿਨਾਂ 'ਚ ਜਾਂ 20 ਦਿਨਾਂ ਦੇ ਵਿੱਚ ਜੋ ਵੀ ਹੈ ਉਹ ਇੱਕ ਕਲਿੱਕ ਕੀਤਾ ਹੈ ਤੀਸਰੀ ਚੀਜ਼ ਜਿਹੜੀ ਕਿ ਅਰਬਨ ਵੋਟਰ ਹੈ ਅਰਬਨ ਵੋਟਰ ਖਾਸ ਤੌਰ 'ਤੇ ਜਿਹੜਾ ਛੋਟਾ ਵਪਾਰੀ ਹੈਗਾ
ਉਹਦੇ ਉੱਪਰ ਡਿਮੋਨੀਟਾਈਜੇਸ਼ਨ ਤੇ GST ਦਾ ਜਿਹੜਾ ਪ੍ਰਭਾਵ ਪਿਆ, ਐਡਵਰਸ ਇੰਪੈਕਟ ਪਿਆ, ਨੈਗੇਟਿਵ ਇੰਪੈਕਟ ਪਿਆ, ਉਹਦੇ ਨਾਲ ਅਰਬਨ ਵੋਟਰ ਵੀ ਕਾਫੀ ਜ਼ਿਆਦਾ ਨਾਰਾਜ਼ ਹੈ BJP ਤੋਂ। ਤੀਸਰੀ ਚੀਜ਼, ਚੌਥੀ ਚੀਜ਼ ਇਹ ਹੈਗੀ ਹੈ ਕਿ ਜਿਸ ਵੇਲੇ ਆਪਾਂ 2014 ਦੇ ਇਲੈਕਸ਼ਨ ਦਾ ਤੁਸੀਂ ਨੈਰੇਟਿਵ ਦੇਖੋ, ਨੈਰੇਟਿਵ ਕੀ ਸੀਗਾ? ਵਿਕਾਸ। ਉਹ ਵਿਕਾਸ ਦਾ ਜਿਹੜਾ ਸੀਗਾ ਨੈਰੇਟਿਵ, ਲੋਕਾਂ ਨੇ ਕਿਹਾ ਅਕਰੋਸ ਦਾ ਬੋਰਡ ਲੋਕਾਂ ਨੇ ਵੋਟਾਂ ਪਾਈਆਂ, ਕਿ ਹਾਲਾਂਕਿ ਵੋਟਾਂ ਸਿਰਫ 31% ਹੀ BJP ਨੂੰ ਪਈਆਂ ਸੀਗੀਆਂ, ਲੇਕਿਨ ਉਹਨੇ ਤੁਹਾਨੂੰ ਇੱਕ ਬਹੁਮਤ ਦੇ ਦਿੱਤਾ ਜਿਹੜਾ ਕਿ ਪਹਿਲਾਂ ਕਦੇ ਦੇਖਿਆ ਨਹੀਂ ਸੀਗਾ BJP ਨੇ। ਔਰ 30 ਸਾਲ ਬਾਅਦ ਇੱਕ ਐਸੀ ਪਾਰਟੀ ਦੀ ਸਰਕਾਰ ਬਣੀ ਜਿਹੜੀ ਕਿ ਸਿੰਗਲ ਹੀ ਰੂਲ ਕਰ ਰਹੀ ਸੀਗੀ, ਲੇਕਿਨ ਉਹਦੇ ਤੋਂ ਭੱਟ ਗਿਆ। ਰੀਸੈਂਟਲੀ ਜਿਹੜੀਆਂ ਡਿਵੈਲਪਮੈਂਟਸ ਹੋਈਆਂ, ਮੈਂ ਕੰਗ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਕਿ ਰੀਸੈਂਟਲੀ ਜਿਹੜੀਆਂ ਡਿਵੈਲਪਮੈਂਟਸ ਹੋਈਆਂ, ਈਵਨ ਜਿਹੜੇ ਹਿੰਦੁੱਤਵ ਫਰੈਂਡਲੀ ਫਰਿੰਜ ਔਰਗਨਾਈਜੇਸ਼ਨ ਸੀਗੀਆਂ RSS BJP ਦੀਆਂ, ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸਾਰਾ ਜਿਹੜਾ ਇੰਡੀਆ ਇੰਡੀਅਨਨੈਸ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਇੱਕ ਡਿਫਰੈਂਟ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕੀਤੀ, ਉਹ ਤੋਂ ਲੋਕ ਬਹੁਤ ਦੁਖੀ। ਉਹਦਾ ਜਵਾਬ ਦਿੱਤਾ ਲੋਕਾਂ ਨੇ ਜਵਾਬ ਦਿੱਤਾ। ਇੱਕ ਛੋਟਾ ਜਿਹਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਇਹ ਜਵਾਬ ਦਿੱਤਾ ਲੋਕਾਂ ਨੇ, ਇਸ ਸਭ ਦਾ ਪੰਜਾਬ 'ਤੇ ਕੀ ਇੰਪੈਕਟ ਪਵੇਗਾ? ਇਹ ਸਵਾਲ ਬਹੁਤ ਮਹੱਤਵਪੂਰਨ ਹੈਗਾ, ਕਿਉਂਕਿ ਜਦੋਂ ਪੰਜਾਬ ਦੀ ਸਿਆਸਤ ਦੀ ਗੱਲ ਹੁੰਦੀ ਹੈ ਤਾਂ ਵਿੱਚ ਨਵਜੋਤ ਸਿੰਘ ਸਿੱਧੂ ਦਾ ਜ਼ਿਕਰ ਹੋਣਾ ਲਾਜ਼ਮੀ ਹੈਗਾ। ਨਵਜੋਤ ਸਿੰਘ ਸਿੱਧੂ ਦਾ ਗਲਾ ਖਰਾਬ ਹੋ ਗਿਆ ਸੀ ਪ੍ਰਚਾਰ ਕਰਦੇ ਕਰਦੇ, ਅਤੇ ਉਹਨਾਂ ਨੂੰ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀਗੀ, ਪਰ ਆਰਾਮ ਹੁਣ ਹੁੰਦਾ ਨਹੀਂ ਪਿਆ। ਅਤੇ ਕਹਿੰਦੇ ਆ ਕਿ ਰਾਹੁਲ ਗਾਂਧੀ ਜਿੱਤ ਹੈਗੀ ਹੈ ਅਤੇ ਰਾਹੁਲ ਆਉਣ ਵਾਲੇ ਸਮੇਂ ਦੇ ਪ੍ਰਧਾਨ ਮੰਤਰੀ ਹੈ। ਨਵਜੋਤ ਸਿੰਘ ਸਿੱਧੂ ਆਪਣਾ ਕਦ ਵਧਾ ਰਿਹਾ ਜਾਂ ਰਾਹੁਲ ਗਾਂਧੀ ਦੇ ਕਦ ਨੂੰ ਹੋਰ ਉੱਚਾ ਕਰ ਰਿਹਾ? ਬਿਲਕੁਲ ਵਾਪਸ ਆ ਕੇ ਸਵਾਲ ਕਰਾਂਗੇ ਜ਼ਰੂਰ। ਸਵਾਲ ਸੀ ਇਹ ਪੁੱਛ ਰਹੇ ਹਾਂ, 2018 ਦੇ ਵਿਧਾਨ ਸਭਾ ਚੋਣ ਨਤੀਜੇ 2019 ਦੀ ਸਿਆਸੀ ਤਸਵੀਰ ਵਿੱਚ ਕਿਹੜਾ ਰੰਗ ਭਰਨਗੇ? ਵਿਕਰਮ ਜੀ, ਪੂਰੇ ਓਵਰਆਲ ਸਿਨੈਰੀਓ ਜਿਹੜਾ ਹੈਗਾ ਉਸ ਦੇ ਵਿੱਚ ਕਾਂਗਰਸ ਦੇ CMB ਇਲੈਕਸ਼ਨ ਹਾਰ ਜਾਂਦੇ, ਦੋਵੇਂ ਥਾਵਾਂ ਤੋਂ ਇਲੈਕਸ਼ਨ ਹਾਰ ਜਾਂਦੇ ਮਿਜ਼ੋਰਮ ਵਿੱਚ, ਔਰ ਬਾਕੀ ਥਾਵਾਂ 'ਤੇ ਕਾਂਗਰਸ ਜਿੱਤ ਰਹੀ ਹੈ, ਕਿਸ ਤਰੀਕੇ ਨਾਲ ਦੇਖੋ? ਦੇਖੀ, ਮਿਜ਼ੋਰਮ ਆਈ ਵਿਲ ਨੋਟ ਬੀ ਏਬਲ ਟੂ ਗਿਵ ਯੂ ਅ ਵੈਰੀ ਕੁਆਲੀਫਾਈਡ ਕਮੈਂਟ, ਕਿਉਂਕਿ ਆਈ ਹੈਵ ਨੋਟ ਸਟੱਡੀਡ ਦੈਟ ਸਟੇਟ ਐਟ ਆਲ। ਬਟ ਆਈ ਥਿੰਕ ਜਿਹੜੀਆਂ ਤਿੰਨ ਮੇਨ ਹਿੰਦੀ ਹਾਰਟਲੈਂਡ ਸਟੇਟਸ ਨੇ, ਛੱਤੀਸਗੜ੍ਹ, ਰਾਜਸਥਾਨ ਐਂਡ ਮੱਧਿਆ ਪ੍ਰਦੇਸ਼, ਦੀ ਇੰਪੋਰਟੈਂਟ ਫੈਕਟ ਇਜ਼ ਕਿ BJP ਲਾਸਟ ਲੋਕ ਸਭਾ ਇਲੈਕਸ਼ਨ ਵਿੱਚ 65 ਸੀਟਸ ਨੇ ਇਹਨਾਂ ਵਿੱਚ, ਅਤੇ ਉਹਦੇ ਵਿੱਚੋਂ BJP ਨੇ 62 ਜਿੱਤੀਆਂ ਸੀਗੀਆਂ। ਸੋ ਜਦ ਲੋਕ ਸਭਾ ਇਲੈਕਸ਼ਨ ਆਏਗੀ ਤਾਂ ਉਹਦੇ ਵਿੱਚ ਟ੍ਰੈਂਡ BJP ਦਾ ਡਾਊਨਵਰਡ ਹੀ ਹੋਏਗਾ 62 ਤੋਂ, ਦੇ ਆਰ ਨੋਟ ਗੋਇੰਗ ਟੂ ਕ੍ਰੋਸ 62 ਐਟ ਆਲ। ਔਰ ਜੋ ਅਸੈਂਬਲੀ ਤਿੰਨ ਜੋ ਮੋਸਟ ਪ੍ਰੋਬਲੀ ਹਾਰੇ ਹੋਏ ਨੇ ਮੱਧ ਪ੍ਰਦੇਸ਼ ਆਲਸੋ, ਉਹ ਇੱਕ ਕਾਫੀ ਡਾਊਨਵਰਡ ਟ੍ਰੈਂਡ ਜਾਏਗਾ। ਸੋ ਬਟ ਐਟ ਦ ਸੇਮ ਟਾਈਮ ਸਾਨੂੰ ਇਹ ਵੀ ਦੇਖਣਾ ਹੈ ਕਿ ਮੱਧ ਪ੍ਰਦੇਸ਼ ਵਿੱਚ ਕਾਫੀ ਟਾਈਟ ਫਾਈਟ ਆ ਰਹੀ ਹੈ, ਡਿਸਪਾਈਟ 3 ਟਰਮਸ ਔਰ ਸ਼ਿਵਰਾਜ ਚੌਹਾਨ ਹੀ ਇਜ਼ ਗਿਵਨ ਅ ਵੈਰੀ ਸਟਰੋਂਗ ਫਾਈਟ, ਐਂਡ ਰਾਜਸਥਾਨ ਵੀ ਇੰਨਾ ਲੈਂਡਸਲਾਈਡ ਵਿਕਟਰੀ ਨਹੀਂ ਹੈ ਕਾਂਗਰਸ ਦੀ ਜਿੰਨੀ ਅਸੀਂ ਸੋਚ ਰਹੇ ਸੀ। ਛੱਤੀਸਗੜ੍ਹ, ਯੈਸ, ਇਟ ਹੈਜ਼ ਬੀਨ ਅ ਵੈਰੀ ਵਨ ਸਾਈਡਿਡ ਇਲੈਕਸ਼ਨ ਇਨ ਫੇਵਰ ਆਫ ਦ ਕਾਂਗਰਸ। ਸੋ ਅਗਰ ਆਪਾਂ ਇਹਨੂੰ ਕੀਪ ਇਨ ਮਾਈਂਡ ਕਰੀਏ ਤਾਂ ਲੋਕ ਸਭਾ ਇਲੈਕਸ਼ਨ ਵਿੱਚ ਅਸੀਂ ਇਹਨੂੰ ਡਾਇਰੈਕਟਲੀ ਮਾਡਲ ਨਹੀਂ ਬਣਾ ਸਕਦੇ, ਕਿਉਂਕਿ ਉਹਦੇ ਵਿੱਚ ਲੋਕ ਸਭਾ ਇਲੈਕਸ਼ਨ ਵਿੱਚ ਫੈਕਟਰ ਇਹ ਆਏਗਾ ਕਿ ਮੋਦੀ ਵਰਸਿਸ ਅ ਖਿਚੜੀ ਸਰਕਾਰ, ਜੋ BJP ਕਹੇਗੀ ਕਿ ਖਿਚੜੀ ਸਰਕਾਰ ਬਣੇਗੀ, ਇੱਕ ਰਾਗਾ ਜਾਂ ਰਾਹੁਲ ਗਾਂਧੀ ਜਿਸ ਤਰ੍ਹਾਂ ਇਨਐਕਸਪੀਰੀਅੰਸ ਨੋਵਿਸ ਪ੍ਰਾਈਮ ਮਿਨਿਸਟਰ ਐਸਪੀਰੈਂਟ ਹੈਗਾ। ਸੋ ਦੀ ਦਿਸ ਦੈਟ ਇਜ਼ ਵਨ ਵੈਰੀ ਬਿਗ ਫੈਕਟਰ ਵਿਚ ਵਿਲ ਵੇ ਇਨ ਦ ਲੋਕ ਸਭਾ ਇਲੈਕਸ਼ਨ, ਵਿਚ ਇਜ਼ ਜੋ ਜਿਹੜਾ ਅਸੈਂਬਲੀ ਇਲੈਕਸ਼ਨ ਵਿੱਚ ਕਾਫੀ ਹੱਦ ਤੱਕ ਡਾਊਨ ਸੀ। ਮਨਵਿੰਦਰ ਕੰਗ, ਇਨਐਕਸਪੀਰੀਅੰਸ ਨੋਵਿਸ ਪ੍ਰਾਈਮ ਮਿਨਿਸਟਰ ਕੈਂਡੀਡੇਟ ਤੁਹਾਨੂੰ ਵਿਧਾਨ ਸਭਾ ਚੋਣਾਂ 'ਚ ਬਹੁਤ ਵੱਡੀ ਸ਼ਿਕਸਤ ਦੇ ਗਿਆ? ਨਹੀਂ, ਮੈਂ ਇਹ ਕਹਿ ਰਿਹਾ ਜਦੋਂ ਆਪਾਂ ਇਸ ਗੱਲ ਨੂੰ ਸੰਜੀਦਾ ਬਣਾਉਣਾ ਤਾਂ ਇਹ ਫੈਕਟਰ ਵੀ ਆਪਾਂ ਨੂੰ ਧਿਆਨ 'ਚ ਰੱਖਣੇ ਚਾਹੀਦੇ ਆ ਵੀ 15-15 ਸਾਲ ਤੋਂ ਛੱਤੀਸਗੜ੍ਹ ਅਤੇ ਮੱਧ ਪ੍ਰਦੇਸ਼ 'ਚ BJP ਦੀ ਸਰਕਾਰ 'ਚ, ਰਾਜਸਥਾਨ ਦੇ ਪ੍ਰਤੀ ਰੁਝਾਨ ਪਿਛਲੇ 6 ਮਹੀਨਿਆਂ ਤੋਂ ਆ ਰਿਹਾ ਸੀ, ਲੇਕਿਨ ਉਹਨਾਂ ਜਿਹੜਾ ਵਿਕਰਮ ਜੀ ਨੇ ਗੱਲ ਕਹੀ ਬਿਲਕੁਲ ਠੀਕ ਕਿਹਾ ਵੀ ਲੈਂਡਸਲਾਈਡ ਵਿਕਟਰੀ ਨਹੀਂ ਕਾਂਗਰਸ ਦੀ ਕਹਿ ਸਕਦੇ ਛੱਤੀਸਗੜ੍ਹ ਤੋਂ ਇਲਾਵਾ, ਔਰ ਮੱਧ ਪ੍ਰਦੇਸ਼ ਸਵਾਲ ਸੌਖਾ ਕਰ ਦੇਣਾ ਮੈਂ ਤੁਹਾਨੂੰ। ਸਵਾਲ ਇਹ ਹੈਗਾ ਕਿ ਰਮਨ ਸਿੰਘ ਅਤੇ ਸ਼ਿਵਰਾਜ ਚੌਹਾਨ ਉਹ ਆਪਦੇ ਕਰਕੇ ਜਿੱਤਦੇ ਪਏ ਸੀਗੇ, ਮੋਦੀ ਸਾਹਿਬ ਕਰਕੇ ਹਾਰ ਗਏ? ਮੈਂ ਇਹ ਕਹਿ ਰਿਹਾ 2 ਅਪ੍ਰੈਲ ਨੂੰ ਜਦੋਂ ਦਲਿਤਾਂ ਨੇ ਇੱਕ ਐਜੀਟੇਸ਼ਨ ਕੀਤਾ, ਉਹਦੇ 'ਚ 9 ਦਲਿਤ ਭਾਈਚਾਰੇ ਦੇ ਲੋਕ ਪੁਲਿਸ ਦੀ ਗੋਲੀ ਨਾਲ ਮਾਰੇ ਗਏ, ਉਹਦਾ ਇੰਪੈਕਟ ਵੀ ਬਹੁਤ ਵੱਡਾ ਮੱਧ ਪ੍ਰਦੇਸ਼ 'ਤੇ ਪਿਆ ਵੀ ਸਰਕਾਰ 'ਤੇ ਇਲਜ਼ਾਮ ਲੱਗੇ ਮੰਦਸੌਰ 'ਚ ਕਿਸਾਨਾਂ। ਔਰ ਮੈਂ ਇੱਕ ਸ਼ਿਵਰਾਜ ਸਿੰਘ ਨੇ ਜਦੋਂ ਇਹ ਗੱਲ ਕਹੀ ਔਨ ਮੀਡੀਆ ਵੀ ਕੋਈ ਮਾਈ ਦਾ ਲਾਲ ਨਹੀਂ ਕਿ ਜਿਹੜਾ ਰਿਜ਼ਰਵੇਸ਼ਨ ਨੂੰ ਬੰਦ ਕਰ ਸਕੇ, ਉਹਦਾ ਇੰਪੈਕਟ ਜਿਹੜਾ ਜਨਰਲ ਕੈਟੇਗਰੀ, ਇਹ ਵੀ 2 ਵੱਡੇ ਫੈਕਟਰ ਮੱਧ ਪ੍ਰਦੇਸ਼ ਦੇ, ਕਿਉਂਕਿ ਮੈਂ ਗਰਾਊਂਡ ਰਿਐਲਿਟੀ ਤੁਹਾਨੂੰ ਦੱਸ ਰਿਹਾ, ਤੁਹਾਡੇ ਲੀਡਰਾਂ ਨੇ ਵੀ ਕਹਿਤਾ, ਮੈਂ ਲੀਡਰਾਂ ਨੇ ਵੀ ਕਹਿਤਾ, ਜਿਹੜਾ ਸੈਂਟਰ ਦੀ ਜਿਹੜੀ ਤੁਸੀਂ ਗੱਲ ਕੀਤੀ, ਦੇਖੋ ਮੈਂ ਬੜੀ ਇਮਾਨਦਾਰੀ ਨਾਲ ਪਹਿਲਾਂ ਹੀ ਗੱਲ ਕੀਤੀ, ਕੁਛ ਆਰਗੇਨਾਈਜ਼ ਜਥੇਬੰਦੀਆਂ ਜਿਨ੍ਹਾਂ ਨੇ ਵਿਕਾਸ ਤੋਂ ਭਟਕਾਇਆ ਹੈ ਮੋਦੀ ਸਰਕਾਰ ਨੂੰ, ਉਹਦਾ ਇੰਪੈਕਟ ਕਿਹੜੀਆਂ, ਤੁਸੀਂ ਨਾਮ ਤਾਂ ਲਓ ਨਾ, ਕਿਹੜੀਆਂ ਜਥੇਬੰਦੀਆਂ? ਨਹੀਂ ਨਹੀਂ, ਜਿਹੜੇ ਧਰਮ ਦੇ ਨਾਲ ਰਾਜਨੀਤੀ ਕਰਦੇ, ਕੌਣ ਕਰਦਾ? RSS, ਜੋ ਵੀ RSS ਕਰਦੀ ਹੈ? ਨਹੀਂ, ਮੈਂ ਕਹਿੰਦਾ ਨਾਮ ਕਿਉਂ ਨਹੀਂ ਲੈਂਦੇ? RSS ਕਰੂਗਾ
ਆਰਐਸਐਸ ਵੀ ਕਰਦਾ ਹੈ ਹਾਂ ਯਾਨੀ ਆਰਐਸਐਸ ਨਹੀਂ ਚਾਹੁੰਦੀ ਸੀ ਤੁਸੀਂ ਜਿੱਤੋ ਹੈ ਆਰਐਸਐਸ ਨਹੀਂ ਚਾਹੁੰਦੀ ਨਹੀਂ ਇਹ ਇਸ ਮੁਲਕ ਦੇ ਜਿਹੜੇ ਲੋਕ ਹੈ ਉਹ ਕਮਿਊਨਲ ਪੋਲਿਟਿਕਸ ਨੂੰ ਪਸੰਦ ਨਹੀਂ ਕਰਦੇ ਮੌਬ ਲਿੰਚਿੰਗ ਨੂੰ ਪਸੰਦ ਨਹੀਂ ਕਰਦੇ ਉਹਦਾ ਇੰਪੈਕਟ ਵੀ ਕਿਤੇ ਵਰਤ ਕੇ ਦੇਖਿਆ ਸੀ ਵੀ ਇਹ ਸ਼ਾਇਦ ਪੋਲਿਟਿਕਸ ਚੱਲ ਜਾਵੇ ਹੈ ਵਰਤ ਕੇ ਦੇਖੀ ਸੀ ਇਹ ਪੋਲਿਟਿਕਸ ਚੱਲ ਜਾਵੇ ਮੈਂ ਇਹ ਚੱਲੀ ਨਹੀਂ ਦੇਖੋ ਗੱਲ ਇਹ ਆ ਮੈਂ ਇਹ ਕਿਹਾ ਵੀ ਆਉਣ ਵਾਲੇ ਟਾਈਮ 'ਚ ਤੇ ਸਾਰੀ ਸਮੀਖਿਆ ਡਿਟੇਲ 'ਚ ਹੋਊਗੀ ਪਾਰਟੀ ਦੀ ਪਰ ਮੈਂ ਇੰਡੀਵਿਜੁਅਲੀ ਇਹ ਗੱਲ ਕਰ ਰਿਹਾ ਵੀ ਇਹ ਸਾਰੀਆਂ ਚੀਜ਼ਾਂ ਦਾ ਵੀ ਅਸਰ ਇਹ ਜਿਹੜੇ ਸਮੀਖਿਆ ਪਾਰਟੀ ਕਰੇਗੀ ਕਿ ਆਰਐਸਐਸ ਵੱਲੋਂ ਕਰਾਈ ਜਾਵੇ ਨਹੀਂ ਨਹੀਂ ਪਾਰਟੀ ਬੈਠੂਗੀ ਪਾਰਟੀ ਸਾਰੀ ਇਸ ਚੀਜ਼ ਨੂੰ ਲੈ ਕੇ ਸਮੀਖਿਆ ਕਰੂਗੀ ਲੇਕਿਨ ਤੁਸੀਂ ਮੇਰੀ ਬੇਨਤੀ ਆ ਤੁਹਾਡੇ ਦੋਨੋਂ ਤੁਸੀਂ ਬੜੇ ਸੂਝਵਾਨ ਐਂਕਰੋ ਇਸ ਚੀਜ਼ ਨੂੰ ਵੀ ਧਿਆਨ 'ਚ ਰੱਖਣਾ ਪਊਗਾ ਵੀ ਐਂਟੀ ਇਨਕੰਬੈਂਸੀ ਫੈਕਟਰ ਵੀ ਸੀਗਾ 15-15 ਸਾਲ ਇੱਕ ਲੰਮਾ ਸਮੇਂ ਮੈਂ ਸਵਾਲ ਬੜਾ ਸੌਖਾ ਕਰ ਰਿਹਾ ਮੈਂ ਕਹ ਰਿਹਾ ਡਬਲ ਐਂਟੀ ਇਨਕੰਬੈਂਸੀ ਤਾਂ ਨਹੀਂ ਨਾਲ ਮੋਦੀ ਸਾਹਿਬ ਵਾਲਾ ਤਾਂ ਨਹੀਂ ਜੁੜ ਜਾ ਕਿਤੇ ਮੈਂ ਤਾਂ ਸਵਾਲ ਬੜਾ ਸੌਖਾ ਕਰ ਰਿਹਾ ਤੁਹਾਨੂੰ ਇਹਨੂੰ ਲੋਕ ਸਭਾ ਨਾਲ ਨਾ ਮੇਰੇ ਸਵਾਲ ਦਾ ਜਵਾਬ ਹੀ ਨਹੀਂ ਦਿੰਦੇ ਅੱਛਾ ਵਿਕਰਮ ਜੀ ਤੁਸੀਂ ਠੀਕ ਹੈ ਵਿਕਰਮ ਜੀ ਤੁਸੀਂ ਇਹ ਗੱਲ ਕਹੀ ਸੀਗੀ ਵੀ 2019 ਦਾ ਸਿਨੈਰੀਓ ਵੱਖਰਾ ਹੋਊਗਾ ਵਿਕਰਮਜੀਤ ਮੇਰਾ ਸਵਾਲ ਇਸ ਕਰਕੇ ਸੀਗਾ ਜਿੰਨੇ ਵੀ ਲੀਡਰ ਉੱਥੇ ਗਏ ਆ ਚਾਹੇ ਯੋਗੀ ਆਦਿੱਤਿਆਨਾਥ ਦੀ ਗੱਲ ਕਰ ਲਓ ਚਾਹੇ ਤੁਸੀਂ ਹੋਰ ਲੀਡਰ ਇਹਨਾਂ ਦੇ ਵੱਡੇ ਵੱਡੇ ਗੱਲ ਕਰ ਲਓ ਉਹਨਾਂ ਸਾਰਿਆਂ ਨੇ ਜਾ ਕੇ ਕਿਸੇ ਨੇ ਉੱਥੇ ਜਾ ਕੇ ਸਟੇਟ ਦੀ ਗੱਲ ਨਹੀਂ ਕੀਤੀ ਸਟੇਟ ਦਾ ਪ੍ਰਚਾਰ ਨਹੀਂ ਕੀਤਾ ਸਟੇਟ ਵਿੱਚ ਕੀ ਦਿੱਕਤਾਂ ਹੈਗੀਆਂ ਉਹਨਾਂ ਨੇ ਮੋਦੀ ਸਾਹਿਬ ਦੀਆਂ ਨੀਤੀਆਂ ਜ਼ਿਕਰ ਕੀਤਾ ਉੱਥੇ ਜਾ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਜਾ ਕੇ ਜ਼ਿਕਰ ਕੀਤਾ ਉੱਥੋਂ ਦੀ ਸਮੱਸਿਆ ਦਾ ਗੱਲ ਹੀ ਨਹੀਂ ਕੀਤੀ ਉਹਨਾਂ ਦਾ 2019 ਪ੍ਰਚਾਰ ਹੈ ਉੱਥੇ ਜਾ ਕੇ ਵਿਕਰਮਜੀਤ ਉਹ ਠੀਕ ਗੱਲ ਹੈ ਤੁਹਾਡੀ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਟੂ ਰੇਜ਼ ਇਟ ਟੂ ਅ ਨੈਸ਼ਨਲ ਲੈਵਲ ਡਿਬੇਟ ਕਿ ਤੁਸੀਂ ਬਿਕੋਜ਼ ਦੇ ਵਾਂਟਡ ਟੂ ਓਵਰਕਮ ਐਂਟੀ ਇਨਕੰਬੈਂਸੀ ਦੇ ਵਾਂਟਡ ਕਿ ਲੋਕਲ ਇਸ਼ੂਜ਼ ਟੱਕ ਜਾਣ ਅਤੇ ਅਸੀਂ ਵੱਡੀਆਂ ਵੱਡੀਆਂ ਗੱਲਾਂ ਕਰੀਏ ਰਾਮ ਮੰਦਿਰ ਦੀ ਯੂ ਨੋ ਮੋਦੀ ਦੀ ਸਿਕਿਉਰਿਟੀ ਪੋਲਿਸੀ ਨੈਸ਼ਨਲ ਡਿਫੈਂਸ ਯੂ ਨੋ ਆਲ ਦੈਟ ਕਾਇੰਡ ਥਿੰਗ ਬਟ ਐਟ ਦ ਸੇਮ ਟਾਈਮ ਆਈ ਥਿੰਕ ਜਿਹੜੀ ਮੋਦੀ ਦੀ ਜਿਹੜੀ ਪਰਸਨਲ ਅਪੀਲ ਹੈ ਉਹ ਇੰਨੀ ਜ਼ਿਆਦਾ ਵਰਕ ਨਹੀਂ ਕੀਤੀ ਐਟ ਦ ਸਟੇਟ ਲੈਵਲ ਬਟ ਆਪਾਂ ਇਹ ਨਹੀਂ ਕਹਿ ਸਕਦੇ ਕਿ ਮੋਦੀ ਜਿਹੜੀ ਅਪੀਲ ਹੈ ਔਰ ਉਹ ਨੈਸ਼ਨਲ ਲੈਵਲ 'ਤੇ ਵਰਕ ਵੀ ਕਰਦੀ ਹੈ ਉਹ ਇੰਨੀ ਘਟੀ ਵੀ ਹੈਗੀ ਹੈ ਸੋ ਆਈ ਥਿੰਕ ਇਹਨੂੰ ਕਿਉਂਕਿ ਅਸੈਂਬਲੀ ਇਲੈਕਸ਼ਨ ਵਿੱਚ ਜਿਹੜੇ ਲੋਕਲ ਇਸ਼ੂਜ਼ ਹੁੰਦੇ ਨੇ ਲੋਕਾਂ ਦੇ ਬ੍ਰੈਡ ਐਂਡ ਬਟਰ ਇਸ਼ੂਜ਼ ਹੁੰਦੇ ਨੇ ਐਂਡ ਇਨ ਦੇਰ ਓਨ ਕੰਸਟੀਟੂਐਂਸੀਜ਼ ਇਨ ਦੇਰ ਓਨ ਸਮਾਲ ਰੀਜਨਸ ਦੇ ਵੇ ਓਵਰ ਦੀ ਨੈਸ਼ਨਲ ਇਸ਼ੂਜ਼ ਬਟ ਜਦ ਉਹ ਸੇਮ ਲੋਕ ਸਭਾ ਇਲੈਕਸ਼ਨ ਦੀ ਵੋਟ ਕਰਦੇ ਨੇ ਉਹਨਾਂ ਦਾ ਮਾਇੰਡਸੈਟ ਥੋੜ੍ਹਾ ਜਿਹਾ ਹਟ ਜਾਂਦਾ ਹੈਗਾ ਇਟ ਗੋਜ਼ ਡਿਫਰੈਂਟਲੀ ਸੋ ਆਈ ਥਿੰਕ ਸਾਨੂੰ ਇਹ ਆਪਾਂ ਸੈਮੀਫਾਈਨਲ ਕਹਿ ਰਹੇ ਹਾਂ ਯੈਸ ਇਹਦੇ ਵਿੱਚ ਇੰਡੀਕੇਸ਼ਨਸ ਹੈਗੀਆਂ ਨੇ ਔਰ ਸਭ ਤੋਂ ਵੱਡਾ ਇੱਕ ਇਹ ਪੁਆਇੰਟ ਹੈ ਕਿ ਇਹਨੇ ਕਾਂਗਰਸ ਦੇ ਵਰਕਰਸ ਨੂੰ ਰਾਹੁਲ ਗਾਂਧੀ ਨੂੰ ਇੱਕ ਵੱਡਾ ਇੰਜੈਕਸ਼ਨ ਦਿੱਤਾ ਹੈ ਇੱਕ ਮੋਰਾਲ ਬੂਸਟਰ ਦਿੱਤਾ ਹੈ ਇੱਕ ਬਹੁਤ ਵੱਡਾ ਮੋਰਾਲ ਬੂਸਟਰ ਹੈ ਕਿ ਅਸੀਂ ਇਲੈਕਸ਼ਨ ਬੜੀਆਂ ਇੰਪੋਰਟੈਂਟ ਸਟੇਟ ਜਿੱਤ ਸਕਦੇ ਹਾਂ ਕਿਉਂਕਿ ਤੁਸੀਂ ਦੇਖੋ ਆਰਐਸਐਸ ਦੀ ਜਿਹੜੀ ਵਰਕਰ ਸਟਰੈਂਥ ਹੈ ਬੂਥ ਲੈਵਲ ਤੇ ਜੋੜਨਾ ਦੀ ਬੀਜੇਪੀ ਦੀ ਫੇਵਰ ਚ ਕਾਂਗਰਸ ਇਜ਼ ਨਾਟ ਏਬਲ ਟੂ ਮੈਚ ਇਟ ਫੁੱਲੀ ਬਟ ਬਾਈ ਵਿਨਿੰਗ ਈਵਨ ਮੱਧਿਆ ਪ੍ਰਦੇਸ਼ ਇਹ ਕਾਂਗਰਸ ਵਰਕਰ ਔਰ ਰਾਹੁਲ ਗਾਂਧੀ ਲਈ ਇੱਕ ਬੜਾ ਵੱਡਾ ਇੰਜੈਕਸ਼ਨ ਹੈ ਔਰ ਮੋਮੈਂਟਮ ਬਿਲਡ ਕਰ ਸਕਦਾ ਇਹਨਾਂ ਲਈ ਇੱਕ ਮੋਰਲ ਬੂਸਟਰ ਹੈ ਕਿ ਤੁਸੀਂ ਜਿੱਤ ਸਕਦੇ ਹੋ ਤਾਰਾ ਸਿੰਘ ਸੰਧੂ ਇਸ ਇੰਜੈਕਸ਼ਨ ਤੋਂ ਬਾਅਦ ਅਗਲਾ ਚੈਲੰਜ ਫਿਰ ਕੀ ਹੈ ਸੀਐਮ ਦੇਖੋ ਜੀ ਸੀਐਮ ਤਾਂ ਬਣ ਗਈ ਵੱਡੀ ਗੱਲ ਮੈਂ ਕਿ ਰਾਈਟ ਸਾਈਡ ਕਮਲਨਾਥ ਲੈਫਟ ਸਾਈਡ ਜੋਤਿਰਾਦਿੱਤਿਆ ਸਿੰਧੀਆ ਰਾਈਟ ਸਾਈਡ ਅਸ਼ੋਕ ਗਹਿਲੋਤ ਲੈਫਟ ਸਾਈਡ ਸਚਿਨ ਪਾਇਲਟ ਲੈਫਟ ਤੇ ਰਾਈਟ ਤੋਂ ਫਿਰ ਕੌਣ ਬਣੇਗਾ ਸੀਐਮ ਤਾਂ ਇੱਕ ਹੀ ਬਣੂਗਾ ਨਾ ਇਹ ਪਾਰਟੀ ਹਾਈ ਕਮਾਂਡ ਤੋਂ ਉੱਥੋਂ ਦੇ ਜਿਹੜੇ ਮਤਲਬ ਵਿਧਾਇਕ ਆ ਉਹ ਫੈਸਲਾ ਕਰਨਗੇ ਪਾਰਟੀ ਹਾਈ ਕਮਾਂਡ ਨੂੰ ਲਿਖ ਕੇ ਦੇਣਗੇ ਵੀ ਤੁਸੀਂ ਦੱਸ ਦਿਓ ਨਹੀਂ ਨਹੀਂ ਆਪਦੀ ਰਹਿ ਦੇ ਦੇਣਗੇ ਵੀ ਤਾਰਾ ਸੰਧੂ ਨੇ ਬੜਾ ਡਿਪਲੋਮੈਟਿਕ ਜਵਾਬ ਦਿੱਤਾ ਪਹਿਲਾਂ ਪਾਰਟੀ ਹਾਈ ਕਮਾਂਡ ਕਰਦਾ ਮੈਂ ਨਾਲ ਜੋੜ ਤੇ ਵਿਧਾਇਕ ਦਾ ਉਹ ਇਨਕਲੂਡ ਹੋ ਗਿਆ ਥੋੜਾ ਬੜਾ ਥੋੜਾ ਜਵਾਬ ਪਰ ਮੈਂ ਅੱਜ ਤਾਂ ਤੁਹਾਨੂੰ ਖੁਸ਼ ਹੋਣ ਦਾ ਮੌਕਾ ਮਿਲਿਆ ਬੜੇ ਚਿਰਾਂ ਬਾਅਦ ਚੌਹਾਨ ਸਾਹਿਬ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹੁੰਦਾ ਜੀ ਕਿ ਮੋਦੀ ਦੀ ਜਿਹੜੀ ਮਿੱਥ ਸੀਗੀ ਉਹ ਇਹਨਾਂ ਚੋਣਾਂ 'ਚ ਟੁੱਟੀ ਹੈ ਉਹਦੀ ਮੈਂ ਉਦਾਹਰਣ ਦਿੰਦਾ ਨੌਰਥ ਈਸਟ ਰੀਜਨ 'ਚ ਸਾਨੂੰ ਵੀ ਨੁਕਸਾਨ ਹੋਇਆ ਪਰ ਗੱਲਾਂ ਨੁਕਸਾਨ ਨਹੀਂ ਆ ਤੁਹਾਡਾ ਸੀਐਮ ਦੋਵੇਂ ਥਾਵਾਂ ਤੋਂ ਚੋਣ ਮਾਰ ਗਿਆ ਨੌਰਥ ਈਸਟ ਰੀਜਨ ਬੀਜੇਪੀ ਇਸ ਮਾਮਲੇ ਵਿੱਚ ਬੈਟਰ ਹੈ ਸੰਸਾਰ ਉਹੀ ਮੈਂ ਕਹਿੰਦਾ ਸੀਐਮ ਜਿੱਤ ਗਏ ਸਾਰੇ ਵੀ ਨੌਰਥ ਈਸਟ ਰੀਜਨ 'ਚ ਬੀਜੇਪੀ ਦਾ ਵੀ ਸਪਾਇਆ ਹੋ ਗਿਆ ਦੂਜਾ ਆ ਜਾਂਦਾ ਦੂਜਾ ਆ ਗਿਆ ਦੱਖਣ ਦੱਖਣੀ ਸੂਬੇ ਦੱਖਣੀ ਸੂਬਿਆਂ 'ਚ ਵੀ ਬੀਜੇਪੀ ਦਾ ਸਪਾਇਆ ਹੋ ਗਿਆ ਤੇ ਜਿੱਥੇ 1400 ਤੋਂ ਵੱਧ MLA 6 ਸੂਬਿਆਂ 'ਚੋਂ ਬੀਜੇਪੀ ਦੇ ਆਉਂਦੇ ਆ ਉਹਦੇ 3 ਸੂਬਿਆਂ 'ਚ ਉਹ ਬੁਰੀ ਤਰ੍ਹਾਂ ਹਾਰ ਗਈ ਇਸ ਕਰਕੇ 2019 ਦੀਆਂ ਇਹ ਇਕੱਲਾ ਇੰਡੀਕੇਸ਼ਨ ਹੀ ਨਹੀਂ ਕਲੀਅਰ ਕੱਟ ਹੈ ਵੀ ਕਾਂਗਰਸ ਮੁਕਤ ਕਰਦੇ ਕਰਦੇ ਬੀਜੇਪੀ ਮੁਕਤ ਹਿੰਦੁਸਤਾਨ ਬਣੂ ਮੁਹੰਮਦ ਖਾਲਿਦ ਜੇ ਇੱਕ ਗੱਲ ਹੋਈ ਹੈ ਇੱਥੇ ਇਸ ਪੈਨਲ ਦੇ ਵਿੱਚ ਕਿ RSS ਬੀਜੇਪੀ ਦੀ ਜਿਹੜੀ ਬੂਥ ਮੈਨੇਜਮੈਂਟ ਹੈ ਬੜੀ ਤਕੜੀ ਹੈਗੀ ਹੈ ਮੈਂ ਤਾਂ ਹੀ ਤਾਂ ਸਵਾਲ ਕਰ ਰਿਹਾ ਜੇ ਬੂਥ ਮੈਨੇਜਮੈਂਟ ਉਹਨਾਂ ਦੀ ਇੰਨੀ ਤਕੜੀ ਹੈਗੀ ਹੈ ਬੀਜੇਪੀ ਹਾਰ ਕੇ ਆਪਣੇ ਕੀਤੇ ਕੰਮਾਂ ਕਰਕੇ ਆਪਣੀ ਨੀਤੀਆਂ ਕਰਕੇ ਜਾਂ ਕਾਂਗਰਸ ਜਿੱਤੀ ਹੈ
ਦੇਖੋ ਜਿੱਥੇ ਤੱਕ ਬੂਥ ਮੈਨੇਜਮੈਂਟ ਦਾ ਸਵਾਲ ਹੈ, ਆਰ ਐੱਸ ਐੱਸ ਦਾ ਵਰਕਰ ਹਰ ਨੁੱਕ ਐਂਡ ਕੋਰਨਰ ਦੇ ਵਿੱਚ ਮੌਜੂਦ ਹੈ, ਬੀ ਜੇ ਪੀ ਦਾ ਵਰਕਰ ਚਾਹੇ ਹੋਵੇ ਨਾ ਹੋਵੇ, ਕਿਉਂਕਿ ਆਰ ਐੱਸ ਐੱਸ ਬੀ ਜੇ ਪੀ ਹੈ, ਆਰ ਐੱਸ ਐੱਸ ਇਸ ਪੋਲੀਟੀਕਲ ਔਰਗਨਾਈਜੇਸ਼ਨ ਹੈ, ਕਲਚਰਲ ਔਰਗਨਾਈਜੇਸ਼ਨ ਕਹਿਣਾ ਇੱਕ ਬਹੁਤ ਵੱਡੀ ਭੁੱਲ ਹੈ। ਇਸ ਕਰਕੇ ਅਗਰ ਆਰ ਐੱਸ ਐੱਸ ਦੀ ਪ੍ਰੈਜੈਂਸ ਬੀ ਜੇ ਪੀ 'ਚੋਂ ਕੱਢ ਲਈਏ ਤਾਂ ਬੀ ਜੇ ਪੀ ਕੁਛ ਵੀ ਨਹੀਂ ਹੈ, ਚਾਹੇ ਬੀ ਜੇ ਪੀ ਦਾ ਅਪੁਆਇੰਟਡ ਪ੍ਰਾਈਮ ਮਿਨਿਸਟਰ ਹੈ, ਚਾਹੇ ਮੰਤਰੀ ਹੈ, ਜੋ ਕੁਛ ਵੀ ਉਹ ਸਾਰਾ ਆਰ ਐੱਸ ਐੱਸ ਦੀ ਖੇਡ ਹੈ। ਔਰ ਸਮੀਖਸ਼ਾ ਵੀ ਜ਼ਿਆਦਾ ਆਰ ਐੱਸ ਐੱਸ ਨਹੀਂ ਕਰਨੀ ਹੈ, ਠੀਕ ਹੈ, ਹੁਣ ਜਿਹੜੀ ਸਮੀਖਸ਼ਾ ਹੈ ਆਰ ਐੱਸ ਐੱਸ ਨਹੀਂ ਕਰਨੀ ਹੈ, ਆਰ ਐੱਸ ਐੱਸ ਆਪਣੇ ਜਨਰਲ ਸੈਕਟਰੀ ਜਿਹੜੇ ਹੈਗੇ ਹੈ ਉਹ ਭੇਜਦੀ ਹੈ ਉਹਦੇ ਵਿੱਚ ਡੈਪੂਟੇਸ਼ਨ ਦੇ ਉੱਪਰ, ਉਹ ਫਰਦਰ ਅੱਗੇ ਜਾ ਕੇ ਮੰਤਰੀ ਬਣਦੇ ਹੈ। ਆਪਾਂ ਸੈਂਟਰ ਲੀਡਰਸ਼ਿਪ ਦੇਖਦੇ ਹਾਂ ਕਿੰਨੇ ਲੋਕ ਆਰ ਐੱਸ ਐੱਸ ਤੋਂ ਆਏ ਹੋਏ ਆ, ਇਸ ਕਰਕੇ ਆਰ ਐੱਸ ਐੱਸ ਨੇ ਹੀ ਸਮੀਖਸ਼ਾ ਕਰਨੀ ਹੈ ਕਿ ਹੋਇਆ ਕੀ ਨਹੀਂ ਹੋਇਆ। ਜਿੱਥੇ ਤੱਕ ਸਵਾਲ ਹੈ ਕਿ ਹਾਰ ਕਿਉਂ ਹੋਈ, ਕਿ ਜਦ ਬੂਥ ਲੈਵਲ 'ਤੇ ਬੰਦਾ ਉੱਥੇ ਮੌਜੂਦ ਸੀਗਾ, ਅਗਰ ਤੁਸੀਂ ਮੱਧਿਆ ਪ੍ਰਦੇਸ਼ ਦੇ ਵਿੱਚ ਜਾਓ, ਬਜਰੰਗ ਦਲ, ਵਿਸ਼ਵ ਹਿੰਦੂ ਪਰਿਸ਼ਦ, ਇਹਨਾਂ ਦੀਆਂ ਸ਼ਾਖਾਵਾਂ ਤਕਰੀਬਨ ਹਰ ਪਿੰਡ ਦੇ ਵਿੱਚ ਉਹਨਾਂ ਨੇ ਕ੍ਰੀਏਟ ਕਰਤੀਆਂ ਪਿਛਲੇ 15 ਸਾਲਾਂ ਦੇ ਵਿੱਚ, ਅਗਰ ਤੁਸੀਂ ਦੇਖੋਗੇ ਜਾ ਕੇ ਤਾਂ। ਇਹ ਹੋਈ ਇਸ ਕਰਕੇ ਹੈ ਕਿਉਂਕਿ 15 ਸਾਲ ਦੀ ਐਂਟੀ ਇਨਕੰਬੈਂਸੀ ਜਿਹੜੀ ਸੀਗੀ ਆ ਉਹਨੂੰ ਇਗਨੋਰ ਨੇ, 10 ਸਾਲ ਦੀ ਬਹੁਤ ਹੁੰਦੀ ਹੈ, ਇਹ ਤਾਂ 15 ਸਾਲ ਹੋ ਗਏ, 5 ਸਾਲ ਬਾਅਦ ਉੱਥੇ ਡਬਲ ਤਾਂ ਨਹੀਂ ਮੰਨਦੇ ਇਹਨੂੰ, ਡਬਲ ਐਂਟੀ ਇਨਕੰਬੈਂਸੀ ਤਾਂ ਨਹੀਂ ਮੰਨਦੇ, ਦੇਖੋ ਸਿੰਗਲ ਹੀ ਹੈ। ਮੈਂ ਤੁਹਾਨੂੰ ਦੱਸਦਾ ਕੇ ਪੀ ਜੀ, ਕੋਈ ਵੀ ਜਿੱਤ ਜਾਂ ਹਾਰ ਉਹਦਾ ਫੈਕਟਰ ਇੱਕ ਕਦੇ ਨਹੀਂ ਹੁੰਦਾ। ਰਾਹੁਲ ਗਾਂਧੀ ਦਾ ਰਾਈਜ਼ ਹੈ, ਮੈਂ ਤੁਹਾਨੂੰ ਇੱਕ ਹੋਰ ਛੋਟੀ ਜਿਹੀ ਗੱਲ ਕਹਾਂਗਾ, ਰਾਹੁਲ ਗਾਂਧੀ ਦੀ ਲੀਡਰਸ਼ਿਪ ਅਸਟੈਬਲਿਸ਼ ਕਰਨ ਦੇ ਵਿੱਚ ਬੀਜੇਪੀ ਦਾ ਬਹੁਤ ਵੱਡਾ ਹੱਥ ਹੈ, ਬਿਲਕੁਲ ਬਹੁਤ ਵੱਡਾ ਹੱਥ ਹੈ। ਉਹਨੂੰ ਕਦੇ ਪੱਪੂ ਕਹਿਣਾ, ਕਦੇ ਉਹਦਾ ਮਜ਼ਾਕ ਉਡਾਉਣਾ, ਉਹ ਸਾਰੇ ਇਹ ਚੀਜ਼ਾਂ ਇੰਦਰਾ ਗਾਂਧੀ ਵੱਲੋਂ ਕਿਹਾ ਗਿਆ ਸੀ। ਮੈਂ ਸਵਾਲ ਲੈ ਕੇ ਵੀ ਆਉਣਾ ਸੀਗਾ, ਰੈਲੀਆਂ ਦੇ ਵਿੱਚ ਵੀ ਉੱਥੇ ਜਿਹੜੀ ਭਾਸ਼ਾ ਵਰਤੀ ਗਈ ਹੈ ਉਹ ਵੀ ਇਹਨਾਂ ਕਿਤੇ ਨਾ ਕਿਤੇ ਇੰਪੈਕਟ ਪਾ ਰਹੀ ਹੈ, ਉਹਦਾ ਇੰਪੈਕਟ ਪੈਂਦਾ। ਇੱਕ ਛੋਟਾ ਹੋਰ ਵੱਖੋ ਲਵਾਂਗੇ, ਵਾਪਸ ਆਵਾਂ ਵਿਕਰਮ ਜੀ, ਤੁਹਾਡੇ ਤੋਂ ਸਵਾਲ ਲੈਣਾ ਹੈਗਾ, ਪੰਜਾਬ 'ਤੇ ਕੀ ਇੰਪੈਕਟ ਪੈਣ ਵਾਲਾ ਇਸ ਸਿਆਸਤ ਦਾ? ਦਿੱਲੀ, ਹਰਿਆਣਾ, ਪੰਜਾਬ, ਇਹ ਉਹ ਬੈਲਟ ਹੈ ਕੀ ਹੈ ਜਿੱਥੇ ਇਸ ਸਾਰੀ ਸਿਆਸਤ ਦਾ ਅਸਰ ਹੁੰਦਾ, ਉਸਦਾ ਜਵਾਬ ਅਜੇ ਅਸੀਂ ਲੈਣਾ ਹੈਗਾ। ਭਾਜਪਾ ਹਾਰੀ ਜਾਂ ਕਾਂਗਰਸ ਜਿੱਤੀ, ਰਾਹੁਲ ਗਾਂਧੀ ਦਾ ਕੱਦ ਉੱਚਾ ਹੋਇਆ ਕਿੰਨੇ ਕੀਤਾ? ਸਵਾਲ ਬਹੁਤ ਮਹੱਤਵਪੂਰਨ ਹੈ। ਮੁਹੰਮਦ ਖਾਲਿਦ ਕਹਿੰਦੇ ਆ ਬੀਜੇਪੀ ਨੇ ਆਪ ਹੀ ਕੱਦ ਉੱਚਾ ਕਰਤਾ, ਇਹਦਾ ਮਤਲਬ ਕਾਂਗਰਸ ਦੇ ਕੋਲ ਹਜੇ ਵੀ ਵਕਤ ਹੈਗਾ ਸੋਚਣ ਦਾ ਕਿ ਮਹਾਂਗਠਜੋੜ ਉਹਨਾਂ ਦੀ ਬੇੜੀ ਪਾਰ ਲਗਾਏਗਾ ਜਾਂ ਇਕੱਲੇ ਰਾਹੁਲ ਗਾਂਧੀ ਬੇੜੀ ਪਾਰ ਲਿਜਾ ਜਾਣਗੇ। ਠੀਕ ਤੋਂ ਵਾਪਸ ਆ ਰਹੇ ਸਵਾਲ, ਅਸੀਂ ਇਹ ਪੁੱਛ ਰਹੇ ਹਾਂ ਕਿ 2018 ਦੇ ਵਿਧਾਨ ਸਭਾ ਚੋਣ ਨਤੀਜੇ 2019 ਦੀ ਸਿਆਸੀ ਤਸਵੀਰ ਵਿੱਚ ਕਿਹੜਾ ਰੰਗ ਪਾਉਣਗੇ? ਵਿਕਰਮਜੀਤ, ਮੈਂ ਇੱਕ ਸਵਾਲ ਛੱਡ ਗਿਆ ਸੀਗਾ, ਜੇ ਸਵਾਲ ਤੁਹਾਨੂੰ ਪਸੰਦ ਆਇਆ ਤਾਂ ਜਵਾਬ ਦੇ ਦਿਓ, ਨਹੀਂ ਤਾਂ ਐਵੇਂ ਨਾ ਕਹੀਏ ਧੱਕੇ ਨਾਲ ਸਵਾਲ ਸ਼ਾਮਿਲ ਕਰਤਾ। ਇਸ ਪੂਰੀ ਸਿਆਸਤ ਦਾ, ਇਸ ਪੂਰੇ ਚੋਣ ਨਤੀਜਿਆਂ ਦਾ ਪੰਜਾਬ ਦੀ ਸਿਆਸਤ 'ਤੇ, ਹਰਿਆਣਾ ਦੀ ਸਿਆਸਤ 'ਤੇ, ਦਿੱਲੀ ਦੀ ਸਿਆਸਤ 'ਤੇ ਕੀ ਅਸਰ ਪੈਂਦਾ, ਦਿਖਾਈ ਦਿੰਦਾ ਕਿ ਨਹੀਂ ਦਿੰਦਾ? ਦੂਜਾ ਸਵਾਲ ਮੇਰਾ ਨਾਲ ਇਹ ਹੈ, ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਚੋਣ ਪ੍ਰਚਾਰ ਬਹੁਤ ਕੀਤਾ, ਗਲਾ ਵੀ ਖਰਾਬ ਹੋ ਗਿਆ, ਡਾਕਟਰਾਂ ਨੇ ਕਿਹਾ ਰੈਸਟ ਕਰੋ, ਪਰ ਸਿੱਧੂ ਸਾਹਿਬ 5ਵੇਂ ਦਿਨ ਰੈਸਟ ਤੋਂ ਪਾਸੇ ਹੋਏ, ਕਹਿੰਦੇ ਮੇਰੇ ਤੋਂ ਰੈਸਟ ਨਹੀਂ ਹੁੰਦੀ, ਹੁਣ ਤਾਂ ਮੈਂ ਬੋਲੂੰਗਾ ਜ਼ਰੂਰ, ਰਾਹੁਲ ਗਾਂਧੀ ਦੀ ਜਿੱਤ ਹੈ, ਪ੍ਰਧਾਨ ਮੰਤਰੀ ਬਣਨ ਗਏ ਹੋ। ਵਿਕਰਮਜੀਤ ਸਿੰਘ, ਮੈਂ ਇੱਕ ਉਹ ਤੋਂ ਪਹਿਲਾਂ ਇੱਕ ਪੁਆਇੰਟ ਜਿਹੜਾ ਰਾਹੁਲ ਗਾਂਧੀ ਦੇ ਉੱਪਰ ਹੈ ਮੈਂ ਕਰ ਸਕਦਾ? ਬਿਲਕੁਲ। ਆਈ ਥਿੰਕ ਇੱਕ ਸਭ ਤੋਂ ਵੱਡੀ ਇਹ ਗੱਲ ਜੋ ਰਾਹੁਲ ਨੇ ਇਨੀਸ਼ੀਏਟ ਕੀਤੀ ਵਾਸ ਸਮਥਿੰਗ ਕਾਲਡ ਸੌਫਟ ਹਿੰਦੁੱਤਵਾ। ਉਹਨਾਂ ਨੇ ਉੱਤੇ ਬਹੁਤ ਐਮਫੋਸਿਸ ਲੇ ਕੀਤਾ, ਮੰਦਰ 'ਤੇ ਵੀ ਗਏ, ਉਹਨਾਂ ਦੇ ਗੋਤਰ 'ਤੇ ਵੀ ਫਿਰ ਸਵਾਲ ਉੱਠੇ, ਥਰੈਡ ਕਿਹੜਾ, ਯੂ ਨੋ, ਨਹਿਰੂ ਥਰੈਡ ਜਿਹੜਾ ਕਹਿੰਦੇ ਉਹ ਹੈ, ਕੈਲਾਸ਼ ਮਾਨਸੋਵਰ ਯਾਤਰਾ 'ਤੇ ਵੀ ਗਏ। ਆਈ ਥਿੰਕ ਸਮਵੇਅਰ ਔਰ ਦੀ ਅਦਰ ਤੁਸੀਂ ਦੇਖਦੇ ਸੀ ਕਿ ਬੀ ਜੇ ਪੀ ਉਸ ਨੂੰ ਬਹੁਤ ਡਿਸਲਾਈਕ ਕਰ ਰਹੀ ਸੀ, ਔਰ ਕਿਉਂ? ਕਿਉਂਕਿ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਇਟ ਐਕਚੁਲੀ ਵਿਲ ਪੋਜ਼ ਅ ਪੋਲੀਟੀਕਲ ਥਰੈਟ ਟੂ ਦੈਮ। ਕਿਉਂਕਿ ਸਾਡੇ ਦੇਸ਼ ਵਿੱਚ ਅੱਜ ਇਹ ਦੇਸ਼ ਬਚਿਆ ਹੋਇਆ ਇੱਕ ਸੈਕੂਲਰ ਕੰਟਰੀ ਹੈ, ਡੈਮੋਕ੍ਰੈਟਿਕ ਕੰਟਰੀ, ਕਿਉਂਕਿ ਸਾਡੇ ਜਿਹੜੇ ਹਿੰਦੂ ਭਰਾ ਨੇ ਮੈਜੋਰਿਟੀ ਦੇ ਆਰ ਮੋਡਰੇਟਸ। ਔਰ ਜਦ ਰਾਹੁਲ ਨੇ ਇਹ ਪੁਆਇੰਟ ਲਿੱਤਾ ਕਿ ਮੈਂ ਵੀ ਹਿੰਦੂ ਹਾਂ, ਮੈਂ ਵੀ ਮੋਡਰੇਟ ਗੱਲ ਕਰਦਾ, ਤਾਂ ਆਈ ਥਿੰਕ ਜਿਹੜੇ ਹਿੰਦੂਆਂ ਵਿੱਚ ਇਹ ਸੀਗਾ ਕਿ ਵਿੰਡ ਆਊਟ ਆਫ ਦੇਅਰ ਸੇਲਸ, ਜਿਹੜੇ ਕਾਂਗਰਸ ਇਜ਼ ਸਪੋਜ਼ ਟੂ ਬੀ ਓਨਲੀ ਪ੍ਰੋ ਮੁਸਲਿਮ ਮਿਨੋਰਟੀ ਅਪੀਜ਼ਮੈਂਟ ਕਰੇ, ਉਹ ਇਹਨਾਂ ਨੇ ਕਵਰ ਅਪ ਗਰਾਊਂਡ ਕਰ ਲਿਆ। ਔਰ ਰਹਿ ਗਏ ਫਿਰ ਆਈਸੋਲੇਟਡ ਜਿਹੜੇ ਐਕਸਟ੍ਰੀਮਿਸਟ ਹਿੰਦੂ ਫਿਲੋਸਫੀ ਜਿਹੜੀ ਮੋਦੀ ਔਰ ਉਹਦੇ ਜਿਹੜੇ ਅਲਾਈਡ ਆਰਗਨਾਈਜੇਸ਼ਨ ਕਰ ਰਹੇ ਸੀ। ਕਿਉਂਕਿ ਦੇਖੋ ਜਿਹੜੀ ਇਹ ਕਮਿਊਨਲ ਡਿਸਟਰਬੈਂਸਿਸ ਆ ਰਹੀਆਂ ਨੇ, ਕਾਓ ਲਿੰਚਿੰਗ ਹੋ ਰਹੀ ਹੈ, ਦੰਗੇ ਹੋ ਰਹੇ ਨੇ, ਇਹਦੇ ਉੱਪਰ ਜਿਹੜਾ ਆਮ ਆਦਮੀ ਹੈ, ਜਿਹੜਾ ਗ੍ਰਾਮੀਣ ਆਦਮੀ ਹੈ, ਪਿੰਡਾਂ 'ਚ ਰਹਿੰਦਾ, ਉਹਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੈ। ਤੁਸੀਂ ਜ਼ਿਆਦਾ ਗਾਵਾਂ 'ਤੇ ਪ੍ਰੋਟੈਕਸ਼ਨ ਦੀ ਗੱਲ ਕਰੋ ਤਾਂ ਜਿਹੜਾ ਫਾਰਮਰ ਹੈ, ਛੋਟਾ ਕਿਸਾਨ ਹੈ, ਉਹ ਆਪਣੀ ਗਾਂ ਵੇਚ ਨਹੀਂ ਸਕਦਾ ਜਦ ਉਹ ਬੁੱਢੀ ਹੋ ਜਾਂਦੀ ਹੈ, ਕਿਉਂਕਿ ਗਊ ਰਕਸ਼ਕ ਆ ਜਾਂਦੇ ਨੇ, ਸੋ ਉਹਨਾਂ ਦੀ ਇਕਨੋਮੀ ਇਫੈਕਟ ਹੋ ਜਾਂਦੀ ਹੈ। ਸੋ ਮੈਨੂੰ ਲੱਗ ਰਿਹਾ ਕਿ ਇਹ ਕਾਂਗਰਸ ਦਾ ਜਿਹੜਾ ਸੌਫਟ ਹਿੰਦੁੱਤਵਾ ਜਿਹੜਾ ਕਾਰਡ ਖੇਡਿਆ,
ਇਹ ਮੈਨੂੰ ਵੀ ਲੱਗਦਾ ਇਟ ਇਜ਼ ਵਨ ਆਫ ਦ ਫੈਕਟਰਸ ਵਿਚ ਹੈਜ਼ ਕੰਟ੍ਰਿਬਿਊਟਿਡ ਟੂ ਕਾਂਗਰਸ ਐਜਿੰਗ ਬੈਕ ਇਨ ਟੂ ਪੋਲੀਟੀਕਲ ਰੈਕਨਿੰਗ ਦੂਜਾ ਪੁਆਇੰਟ ਨਾਓ ਵੀ ਕਮ ਡਾਊਨ ਟੂ ਤੁਸੀਂ ਕਿਹਾ ਸੀ ਪੰਜਾਬ ਪੰਜਾਬ ਦਿੱਲੀ ਹਰਿਆਣਾ ਦਿੱਲੀ ਹਰਿਆਣੇ ਵਿੱਚ ਆਈ ਵਿਲ ਨੋਟ ਸੇ ਕੀ ਇੰਪੈਕਟ ਹੋ ਸਕਦਾ ਬਟ ਪੰਜਾਬ ਵਿੱਚ ਸਿੱਧਾ ਇਹਦਾ ਇੰਪੈਕਟ ਹੈਗਾ ਕਿ ਅਮਰਿੰਦਰ ਔਰ ਨਵਜੋਤ ਸਿੱਧੂ ਦੇ ਵਿੱਚ ਜਿਹੜੀ ਟਸਲ ਚੱਲ ਰਹੀ ਹੈ ਜੋ ਹੁਣ ਆਊਟ ਇਨ ਦੀ ਓਪਨ ਆ ਗਈ ਹੈ ਉਹ 'ਤੇ ਪਾਵਰ ਬੈਲੈਂਸ ਜਿਹੜਾ ਆ ਉਹ ਸ਼ਿਫਟ ਕਰ ਗਿਆ ਇਨ ਫੇਵਰ ਆਫ ਨਵਜੋਤ ਐਂਡ ਰਾਹੁਲ ਗਾਂਧੀ ਪਰ ਵਿਕਰਮਜੀਤ ਮੈਂ ਥੋੜ੍ਹਾ ਇੱਥੇ ਰੋਕ ਰਿਹਾ ਜਦੋਂ ਰਾਹੁਲ ਗਾਂਧੀ ਮੁਹਾਲੀ 'ਚ ਆਉਂਦੇ ਆ ਰਾਹੁਲ ਗਾਂਧੀ ਕੈਪਟਨ ਸਾਹਿਬ ਦਾ ਹਾਲ ਚਾਲ ਜਾਣਨ ਚਾਹੁੰਦੇ ਆ ਅਤੇ ਉਦੋਂ ਖਬਰਾਂ ਇਹ ਵੀ ਛਪਦੀਆਂ ਹੈਗੀਆਂ ਕਿ ਜਿਹੜਾ ਸਿੱਧੂ ਸਾਹਿਬ ਨੂੰ ਜਵਾਬ ਦਿੱਤਾ ਵੀ ਕੰਮ ਕਰਨਾ ਤਾਂ ਕੈਪਟਨ ਸਾਹਿਬ ਦੇ ਅੰਡਰ ਹੀ ਕਰਨਾ ਪਊਗਾ ਹਾਂ ਇਹਦਾ ਜਵਾਬ ਇਹ ਵੀ ਹੈ ਕਿ ਰਾਹੁਲ ਗਾਂਧੀ ਹਾਲ ਚਾਲ ਪੁੱਛਣਗੇ ਆ 20 ਮਿੰਟ ਉਹਨਾਂ ਕੋਲ ਰਹੇ ਚਾਹ ਪੀਤੀ ਸਭ ਕੁਝ ਕੀਤਾ ਨਹੀਂ ਦੇਖੋ ਐਟ ਦ ਮੂਮੈਂਟ ਰਾਹੁਲ ਵੈਰੀ ਵਿਲ ਨੋਟ ਲਾਈਕ ਟੂ ਡਿਸਟਰਬ ਦੀ ਪੰਜਾਬ ਗਵਰਨਮੈਂਟ ਬਿਕੋਜ਼ ਅਮਰਿੰਦਰ ਇਜ਼ ਅ ਰੈਕਗਨਾਈਜ਼ਡ ਪਰਸਨ ਉਹਨਾਂ ਹੀ ਐਕਸਪੀਰੀਅੰਸ ਹੈਗਾ ਇੱਕ ਸਟੈਚਰ ਹੈ ਔਰ ਇਲੈਕਸ਼ਨਸ ਵੀ ਅਮਰਿੰਦਰ ਦੀ ਲੀਡਰਸ਼ਿਪ ਦੇ ਅੰਡਰ ਹੀ ਜਿੱਤੇ ਸੀ ਸੋ ਇਹ ਕਹਿਣਾ ਕਿ ਜੀ ਇਹ ਰਾਹੁਲ ਨੇ ਹੁਣੇ ਨਵਜੋਤ ਨੂੰ ਲਿਆ ਕੇ ਸੀਐਮ ਬਣਾਉਂਦਾ ਆਈ ਥਿੰਕ ਦੈਟ ਇਜ਼ ਜਸਟ ਪੋਲੀਟੀਕਲ ਰੂਮਰ ਮੌਂਗਰਿੰਗ ਠੀਕ ਹੈ ਨਾ ਬਟ ਵਿਦਇਨ ਨਵਜੋਤ ਐਂਡ ਅਮਰਿੰਦਰ ਦੀ ਕਿਉਂਕਿ ਨਵਜੋਤ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਬਾਅਦ ਬੜੀ ਸਵੇਅਰ ਕ੍ਰਿਟੀਸਿਜ਼ਮ ਕੀਤੀ ਹੈ ਨਵਜੋਤ ਦੇ ਉੱਪਰ ਬਾਏ ਅਮਰਿੰਦਰ ਐਂਡ ਦ ਹਿੰਦੂਤਵਾ ਲੋਬੀ ਤੁਹਾਨੂੰ ਲੱਗਦਾ ਕਿ ਸਿੱਧੂ ਸਾਹਿਬ ਦਾ ਕੱਦ ਉੱਚਾ ਹੋਇਆ ਯੈਸ ਉਹਨਾਂ ਦਾ ਉਹਨਾਂ ਨੂੰ ਇੱਕ ਬੜੀ ਵੱਡੀ ਰਿਲੀਫ ਮਿਲੀ ਹੈ ਕਿਉਂਕਿ ਸਿੱਧੂ ਨੇ ਮੱਧਿਆ ਪ੍ਰਦੇਸ਼ ਔਰ ਰਾਜਸਥਾਨ ਵਿੱਚ ਬੜੇ ਸਟਾਰ ਕੈਂਪੇਨਰ ਸੀ ਕਾਂਗਰਸ ਦੇ ਠੀਕ ਹੈ ਔਰ ਉਹਨਾਂ ਨੇ ਓਪਨਲੀ ਕਿਹਾ ਕਿ ਮੈਂ ਰਾਹੁਲ ਦਾ ਆਦਮੀ ਹਾਂ ਅਗਰ ਇਹ ਇਲੈਕਸ਼ਨ ਕਾਂਗਰਸ ਹਰ ਜਾਂਦੀ ਇਸ ਅਸੈਂਬਲੀ ਵਿੱਚ ਅਤੇ ਇੱਕ ਤਾਂ ਰਾਹੁਲ ਨੇ ਤਾਂ ਜਾਣਾ ਹੀ ਸੀ ਹੇਠਾਂ ਕਿ ਇਹ ਤਾਂ ਇਲੈਕਸ਼ਨ ਹੀ ਜਿੱਤ ਉਹਦੇ ਨਾਲ ਨਵਜੋਤ ਨੇ ਵੀ ਜਾਣਾ ਸੀ ਔਰ ਅਮਰਿੰਦਰ ਦਾ ਹੱਥ ਸਟਰੋਂਗ ਹੋਣਾ ਸੀ ਤੁਸੀਂ ਇਹ ਦੇਖੋ ਕਿ ਅਮਰਿੰਦਰ ਦੀ ਜਿਹੜੀ ਪੋਲੀਟੀਕਲ ਗੇਮ ਉਹਨਾਂ ਨੇ ਲਾਸਟ 3-4 ਦਿਨਾਂ ਵਿੱਚ ਖੇਡੀ ਹੈ ਇੱਕ ਬੜੀ ਇੰਟਰਸਟਿੰਗ ਗੇਮ ਹੈ ਚੰਡੀਗੜ੍ਹ ਵਿੱਚ ਇੱਕ ਮਿਲਟਰੀ ਲਿਟਰੇਚਰ ਫੈਸਟੀਵਲ ਕੀਤਾ ਇਹਨਾਂ ਨੇ ਜੋ ਪੂਰਾ ਪੰਜਾਬ ਗਵਰਨਮੈਂਟ ਦਾ ਬ੍ਰੇਨ ਚਾਈਲਡ ਹੈ ਅਲੋਂਗ ਵਿਦ ਦੀ ਪੰਜਾਬ ਗਵਰਨਰ ਮਿਸਟਰ ਬਡਨੋਰ ਬਟ ਅਮਰਿੰਦਰ ਨੇ 3-4 ਵਾਰੀ ਪੈਨਲ ਡਿਸਕਸ਼ਨ ਵਿੱਚ ਵੀ ਆਉਣਾ ਸੀ ਪੈਸਾ ਸਾਰਾ ਅਮਰਿੰਦਰ ਨੇ ਦਿੱਤਾ ਕਿਉਂਕਿ ਉਹ ਮਿਲਟਰੀ ਹਿਸਟਰੀ ਦੇ ਬੜੇ ਵੱਡੇ ਮੰਨੇ ਹੋਏ ਪਰ ਉਹ ਇੱਕ ਕਹਿ ਗਏ ਕਿ ਸਾਨੂੰ ਜੀ ਮੈਨੂੰ ਵਾਇਰਲ ਫੀਵਰ ਹੋ ਗਿਆ ਅਤੇ ਪਹੁੰਚੇ ਨਹੀਂ ਉਹਦੇ ਵਿੱਚ ਵਿਚ ਇਜ਼ ਵੈਰੀ ਸਟ੍ਰੇਨ ਟੀ ਵੀ 'ਤੇ ਇੰਟਰਵਿਊ ਵੀ ਦਿੱਤੇ ਉਹਨਾਂ ਨੇ ਡਿਊਰਿੰਗ ਦਿਸ ਟਾਈਮ ਉਹਦੇ ਬਾਅਦ ਰਾਹੁਲ ਗਾਂਧੀ ਇੱਥੇ ਆਉਂਦੇ ਕਹਿੰਦੇ ਜੀ ਮੈਨੂੰ ਵਾਇਰਲ ਫੀਵਰ ਹੈ ਮੈਂ ਤਾਂ ਘਰ ਬੈਠਣਾ ਸੋ ਮੈਨੂੰ ਲੱਗਦਾ ਕਿਤੇ ਨਾ ਕਿਤੇ ਸ਼ਾਇਦ ਇਹ ਕਿਤੇ ਰਾਹੁਲ ਨੂੰ ਤੋਂ ਡਿਸਟੈਂਸ ਕਰਨ ਲਈ ਤਾਂ ਨਹੀਂ ਅਮਰਿੰਦਰ ਇੱਕ ਬਿਲਡਅਪ ਕਰ ਰਹੇ ਸੀਗੇ ਬਾਏ ਮਿਸਿੰਗ ਦ ਮਿਲਟਰੀ ਲਿਟਰੇਚਰ ਫੈਸਟੀਵਲ ਐਂਡ ਦ ਵਾਇਰਲ ਫੀਵਰ ਦਾ ਜੀ ਚੌਹਾਨ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਵਾਇਰਲ ਫੀਵਰ ਹੁੰਦਾ ਹੈ ਮਿਲਣ ਤੋਂ ਬਚਦੇ ਨੇ ਸਿੱਧੂ ਦਾ ਗਲਾ ਖਰਾਬ ਹੁੰਦਾ ਡਾਕਟਰ ਰੈਸਟ ਕਰਨ ਦੀ ਸਲਾਹ ਦਿੰਦੇ ਨੇ ਸਿੱਧੂ ਬਾਹਰ ਆ ਕੇ ਬਿਆਨ ਦਿੰਦੇ ਨੇ ਕਿ ਰਾਹੁਲ ਗਾਂਧੀ ਦੀ ਜਿੱਤ ਹੈ ਜੀ ਮੈਂ ਸਾਰੇ ਚੈਨਲਸ ਨੂੰ ਇੰਟਰਵਿਊ ਦੇਵਾਂਗਾ ਔਰ ਹਰੇਕ ਚੈਨਲ ਦੇ ਇੰਟਰਵਿਊ ਵਿੱਚ ਰਾਹੁਲ ਗਾਂਧੀ ਦੇ ਸੋਲੇ ਗਾਵਾਂਗਾ ਇਹਨੂੰ ਅਸੀਂ ਕਿਵੇਂ ਸਮਝੀਏ ਨਾਲ ਇੱਕ ਉਹਨਾਂ ਨੇ ਮੈਂ ਐਡ ਆਨ ਕਰਦਾ ਜੀ ਟੀ ਯੂ ਕਿਹਾ ਗਿਰੇ ਤੋਂ ਟਾਂਗ ਉੱਪਰ ਦੇਖੋ ਚੌਹਾਨ ਸਾਹਿਬ ਸਿੱਧੂ ਸਾਹਿਬ ਨੇ ਜਦੋਂ ਪੰਜਾਬ 'ਚ ਇਲੈਕਸ਼ਨ ਹੋਈ 2017 'ਚ ਉਦੋਂ ਵੀ ਉਹ ਸਟਾਰ ਕੰਪੇਨਰ ਦੇ ਤੌਰ 'ਤੇ ਇੱਥੇ ਇਲੈਕਸ਼ਨਾਂ ਦੇ ਵਿੱਚ ਕਾਫੀ ਉਹਨਾਂ ਨੇ ਮਿਹਨਤ ਕੀਤੀ ਨੰਬਰ 1 ਨੰਬਰ 2 'ਤੇ ਕਿਉਂਕਿ ਉਹਨਾਂ ਨੇ ਜੁਆਇਨ ਕਾਂਗਰਸ ਜਿਹੜੀ ਹੈ ਉਹ ਪ੍ਰਿਯੰਕਾ ਗਾਂਧੀ ਜਾਂ ਰਾਹੁਲ ਗਾਂਧੀ ਜਾਂ ਉਹਨਾਂ ਦੀ ਅਪਰੋਚ 'ਤੇ ਜਿਹੜੀ ਉਹ ਕੀਤੀ ਹੈ ਤਾਂ ਕੁਦਰਤੀ ਤੌਰ 'ਤੇ ਇਸ ਕਿਸਮ ਦਾ ਬੰਦਾ ਆਸਾਨ ਅਚੇਤ ਤੌਰ 'ਤੇ ਵੀ ਹੁੰਦਾ ਸੁਚੇਤ ਤੌਰ 'ਤੇ ਵੀ ਬੰਦੇ ਦੇ ਮਨ ਦੇ ਵਿੱਚ ਹੁੰਦਾ ਇੱਕ ਗੱਲ ਪਰ ਜਿੱਥੋਂ ਤੱਕ ਪੰਜਾਬ ਦੀ ਕਾਂਗਰਸ ਜਾਂ ਸਰਕਾਰ ਨੂੰ ਡਿਸਟਰਬੈਂਸ ਹੈ ਇਹ ਤਾਂ ਅਫੋਰਡ ਹੀ ਨਹੀਂ ਕੋਈ ਖਰਚ ਕਰ ਸਕਦਾ 19 ਦੀਆਂ ਚੋਣਾਂ ਸਿਰ 'ਤੇ ਹੈ ਹੈਂ ਸਾਰੇ ਰਲ ਮਿਲ ਕੇ ਰਹਿਣਗੇ ਔਰ ਰਾਹੁਲ ਗਾਂਧੀ ਦੀ ਸਟਰੈਟਜੀ ਜਿਹੜੀ ਇਹਨਾਂ ਚੋਣਾਂ 'ਚ ਰਹੀ ਹੈ ਵੀ ਭਾਵੇਂ 2-2 ਕੈਂਪ ਸੀ 3-3 ਕੈਂਪ ਵੀ ਸੀ ਮੱਧ ਪ੍ਰਦੇਸ਼ ਰਾਜਸਥਾਨ ਕਿਤੇ ਵੀ ਉਹਨਾਂ ਨੇ ਸਾਰੀ ਲੀਡਰਸ਼ਿਪ ਨੂੰ ਇਕੱਠੀ ਕਰਕੇ ਉਹਦੇ ਵਿੱਚ ਉਤਾਰਿਆ ਔਰ ਰਿਜ਼ਲਟ ਹੈ ਇੱਕ ਮਨ ਹਨਾ ਅਫੋਰਡ ਨਹੀਂ ਕਰਦਾ ਔਰ ਆਈ ਥਿੰਕ ਮੱਧ ਪ੍ਰਦੇਸ਼ ਹੁਣ ਵੀ ਡਰਾ ਰਹੇ ਹੋ ਹਨਾ ਪਹਿਲਾਂ ਵੀ ਡਰਾਉਂਦੇ ਰਹੇ ਹੁਣ ਫਿਰ ਡਰਾ ਰਹੇ ਹੋ ਤੁਸੀਂ ਕਾਂਗਰਸ ਵਾਸ ਏਬਲ ਟੂ ਬੈਟਰ ਟੈਕਲ ਇਟਸ ਰਿਬੈਲਸ ਉਹਦੇ ਗੱਲ ਵਿੱਚ ਵੀ ਦਮ ਔਰ ਤੁਸੀਂ ਦੇਖੋ ਮੱਧਿਆ ਪ੍ਰਦੇਸ਼ ਬੀਜੇਪੀ ਇਨ ਫੈਕਟ ਵਾਸ ਨਾਟ ਏਬਲ ਟੂ ਟੈਕਲ ਰਿਬੈਲਸ ਬੀਜੇਪੀ ਦੇ 25 ਰਿਬੈਲਸ ਉਹਨਾਂ ਦੇ ਪ੍ਰੋਸਪੈਕਟਸ ਨੂੰ ਨੁਕਸਾਨ ਪਹੁੰਚਾਇਆ ਬੀਜੇਪੀ ਦੇ ਰਿਬੈਲਸ ਨੇ ਮੱਧਿਆ ਪ੍ਰਦੇਸ਼ ਮੁਹੰਮਦ ਖਾਲਿਦ ਠੀਕ ਹੈ ਇਹ ਤੁਹਾਡਾ ਸਵਾਲ ਵਾਜਬ ਹੈਗਾ ਮੁਹੰਮਦ ਖਾਲਿਦ ਕਾਂਗਰਸ ਕਹਿੰਦੇ ਕਾਂਗਰਸ ਦੀ ਰਣਨੀਤੀ ਹੁੰਦੀ ਹੈ ਕਿ ਅਸੀਂ ਬਾਗੀ ਚੱਕ ਕੇ ਰੱਖਣੇ ਦੇਖੋ ਉਹ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ ਅੱਜ ਦਾ ਪੂਰਾ ਯੁੱਗ ਵੀ ਡਿਫਰੈਂਟ ਹੈ ਦੇਖੋ ਤੁਸੀਂ ਜਿਹੜੀ AICC ਔਰ CWC ਕ੍ਰੀਏਟ ਹੋਈ ਹੈ ਕਾਂਗਰਸ ਵਰਕਿੰਗ ਕਮੇਟੀ ਤੁਸੀਂ ਉਹਦੇ ਵਿੱਚ ਦੇਖੋ ਕਿ ਲੀਡਰਸ਼ਿਪ ਕਿਸ ਤਰ੍ਹਾਂ ਦੀ ਆ ਰਹੀ ਹੈ ਕਾਂਗਰਸ ਦੀ ਇੱਕ ਨੀਤੀ ਹਮੇਸ਼ਾ ਤੋਂ ਰਹੀ ਹੈ ਕੰਟੀਨਿਊਟੀ ਐਂਡ ਚੇਂਜ
ਔਰ ਇਹਦੇ ਵਿੱਚ ਜਿਹੜੀ ਯੰਗ ਲੀਡਰਸ਼ਿਪ ਹੈ ਉਹਨੂੰ ਜ਼ਿਆਦਾ ਤਵੱਜੋ ਜਾਂ ਜ਼ਿਆਦਾ ਇੰਪੋਰਟੈਂਸ ਦਿੱਤੀ ਗਈ ਹੈ ਕ੍ਰੀਏਸ਼ਨ ਆਫ AICC ਜਨਰਲ ਸੈਕਟਰੀਜ਼ ਤੁਸੀਂ ਹੁਣ ਸਾਰੇ ਦੇਖ ਲਓ CWC ਦੇਖ ਲਓ ਪਹਿਲੀ ਚੀਜ਼ ਦੂਸਰੀ ਵਾਰ ਗੱਲ ਇਹ ਹੈਗੀ ਹੈ ਜਿੱਥੇ ਤੱਕ ਕਾਂਗਰਸ ਦਾ ਸਵਾਲ ਹੈ ਅਗਰ ਆਪਾਂ ਇਹ ਕਹੀਏ ਕਿ ਕਾਂਗਰਸ ਦੀ ਲੀਡਰਸ਼ਿਪ ਜਿਹੜੀ ਹੈਗੀ ਆ ਹੁਣ ਉਹ ਕੰਪਲੀਸੈਂਟ ਹੋ ਜਾਏਗੀ ਇਸ ਤਰ੍ਹਾਂ ਦੀ ਗੱਲ ਅਗਰ ਕਾਂਗਰਸ ਨੇ ਕੀਤੀ 2019 ਦਾ ਇਲੈਕਸ਼ਨ ਬਹੁਤ ਜ਼ਿਆਦਾ ਦੂਰ ਨਹੀਂ ਹੈ 3 ਮਹੀਨੇ ਤੋਂ ਬਾਅਦ ਤਾਂ ਉਹ ਲੱਗ ਜਾਣਾ ਆਚਾਰ ਸੰਹਿਤਾ ਲੱਗ ਜਾਣੀ ਹੈ ਉਸ ਤੇ ਚੋਣ ਜ਼ਾਬਤੇ ਦੇ ਬਾਅਦ ਤਾਂ ਬਿਲਕੁਲ ਹੀ ਮਤਲਬ ਲੇਮ ਡਕ ਸਰਕਾਰ ਰਹਿ ਜਾਂਦੀ ਹੈ ਕੰਮ ਪੋਲਿਸੀ ਡਿਸੀਜ਼ਨ ਨਹੀਂ ਲੈ ਸਕਦੀ ਇਹ 3 ਮਹੀਨਿਆਂ ਦੇ ਵਿੱਚ ਕਾਂਗਰਸ ਅਗਰ ਕੋਈ ਵੀ ਗਲਤ ਸਟੈਪ ਚੱਕਦੀ ਹੈ ਫੋਰ ਐਗਜ਼ਾਮਪਲ ਤੁਸੀਂ ਜੇ ਮੈਂ ਇੱਕ ਗੱਲ ਪੁਆਇੰਟ ਆਊਟ ਕੀਤੀ ਹੈ ਕਿ ਮੱਧ ਪ੍ਰਦੇਸ਼ ਰਾਜਸਥਾਨ ਦੇ ਵਿੱਚ ਕਈ ਕਈ ਪ੍ਰਤਿਆਸ਼ੀ ਹੈਗੇ ਆ CM ਬਣਨ ਦੇ ਅਗਰ ਕਾਂਗਰਸ ਇਸ ਪ੍ਰੋਬਲਮ ਨੂੰ ਨੰਬਰ 1 ਅਗਰ ਇਹ ਪ੍ਰੋਬਲਮ ਹੈ ਉਹਨੂੰ ਟੈਕਲ ਕਰਨ ਦੇ ਵਿੱਚ ਨਾਕਾਮਯਾਬ ਹੁੰਦੀ ਹੈ ਜਾਂ ਉੱਥੇ ਰਿਜ਼ੈਂਟਮੈਂਟ ਵੱਧਦੀ ਹੈ ਕਾਂਗਰਸ ਉਸ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੀ ਹੈ ਨੰਬਰ 2 ਪੰਜਾਬ ਦੀ ਤੁਸੀਂ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਕਿਉਂਕਿ 3 ਸਟੇਟ ਹੁਣ ਤੁਹਾਡੇ ਹੱਥ 'ਚ ਆ ਗਏ ਪਹਿਲਾਂ ਸਿਰਫ ਪੰਜਾਬ ਸੀਗਾ ਮੇਜਰ ਸਟੇਟ ਹੁਣ 3 ਹੋਰ ਆ ਗਏ ਤਾਂ ਰਾਹੁਲ ਜਿਹੜਾ ਹੈਗਾ ਉਹ ਪੋਜੀਸ਼ਨ ਆਫ ਸਟਰੈਂਥ ਤੋਂ ਗੱਲ ਕਰ ਸਕਦਾ ਹੈ ਅਮਰਿੰਦਰ ਸਿੰਘ ਨਾਲ ਵੀ ਜਾਂ ਦੂਸਰੇ ਲੋਕਾਂ ਨਾਲ ਵੀ ਅਮਰਿੰਦਰ ਸਿੰਘ ਦਾ ਉਹ ਤੁਹਾਨੂੰ ਯਾਦ ਹੋਊਗਾ ਕਿ ਟੈਸਟਿਕਲੀ ਇਹ ਗੱਲ ਕਹਿਣੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਦੇ ਕਿ ਅਗਰ ਮੈਨੂੰ CM ਦੇ ਆਪਣ ਲੀਡਰਸ਼ਿਪ ਚ ਬਦਲਾਵ ਆਉਂਦਾ ਰਹਿੰਦਾ ਜਿਹੜਾ ਪਿਛਲੇ ਲੋਕ ਸਭਾ ਦੇ ਰਿਜ਼ਲਟ ਆਏ ਉਸ ਤੋਂ ਬਾਅਦ ਟੋਟਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ 'ਚ ਬਦਲਾਵ ਆਇਆ ਮੋਦੀ ਸਾਹਿਬ ਹੋਣੇ ਨਵੀਂ ਪੀੜ੍ਹੀ ਦੇ ਸਾਰੇ ਲੀਡਰ ਸ਼ਿਵਰਾਜ ਸਿੰਘ ਚੌਹਾਨ ਹੋਣ ਚਾਹੇ ਰਮਨ ਸਿੰਘ ਹੋਣ ਸ਼ਿਵਰਾਜ ਚੌਹਾਨ ਨਵੀਂ ਪੀੜ੍ਹੀ ਦੇ ਬਹੁਤ ਪੁਰਾਣੇ ਜੇ ਤੁਸੀਂ ਉਹਨੂੰ ਨੈਸ਼ਨਲ ਪ੍ਰੋਸਪੈਕਟਿਵ ਨਾਲ ਦੇਖੋਗੇ ਤਾਂ ਉਹ ਨਵੇਂ ਹੈ ਉਹਨੂੰ ਤੁਸੀਂ ਓਲਡ 'ਚ ਨਹੀਂ ਲੈ ਸਕਦੇ ਉਹਨੂੰ ਤੁਸੀਂ ਪੁਰਾਣਿਆਂ 'ਚ ਨਹੀਂ ਕਹਿ ਸਕਦੇ ਉਹਨਾਂ ਨੂੰ ਉਹਨਾਂ ਪੁਰਾਣੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਮੋਦੀ ਸਾਹਿਬ ਤੋਂ ਨਵੇਂ ਆ ਬਿਲੋ 60 ਹੈ ਹਜੇ ਅੱਛਾ ਸ਼ਿਵਰਾਜ ਸਿੰਘ ਚੌਹਾਨ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਵੀ ਪੁਰਾਣੀ ਪੀੜ੍ਹੀ ਦੇ ਹੋ ਗਏ ਇਸ ਕਰਕੇ ਇਹ ਤਾਂ ਇੱਕ ਕੰਟੀਨਿਊਟੀ ਪ੍ਰੋਸੈਸ ਹੈ ਸਾਰੀਆਂ ਪਾਰਟੀਆਂ ਹੀ ਸਮੇਂ-ਸਮੇਂ ਤੇ ਜਿਹੜੀ ਹੈਗੀ ਆ ਲੀਡਰਸ਼ਿਪ 'ਚ ਬਦਲਾਵ ਕਰਦੀਆਂ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਵੀ ਕੀਤਾ ਨਹੀਂ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਤਾਂ ਇਹ ਕਹਿ ਰਹੀ ਹੈ ਨਾ ਇਸ ਤੋਂ 2019 ਦੀ ਚੋਣ ਦੇ ਵਿੱਚ ਮੈਂ ਉਹੀ ਕਹਿ ਰਿਹਾ ਸੀ ਕਿਉਂਕਿ ਇੱਕ ਲੰਬੇ ਸਮੇਂ ਤੱਕ ਤੁਹਾਡੇ ਯਾਦ ਹੋਊਗਾ ਐਲ ਕੇ ਅਡਵਾਨੀ ਨੇ ਇੱਕ ਵਾਰੀ ਗੱਲ ਕਹੀ ਸੀਗੀ ਕਿ ਮੋਦੀ ਦਾ ਗੁਜਰਾਤ ਮਾਡਲ ਜਾਂ ਗੁਜਰਾਤ ਨੂੰ ਵਿਕਾਸ ਕਰਨਾ ਇੰਨਾ ਮਾਨੀ ਨਹੀਂ ਰੱਖਦਾ ਜਿੰਨਾ ਕਿਉਂਕਿ ਗੁਜਰਾਤ ਆਲਰੇਡੀ ਡਿਵੈਲਪ ਸੀ ਮੱਧ ਪ੍ਰਦੇਸ਼ ਜਿੰਨਾ ਮੱਧ ਪ੍ਰਦੇਸ਼ ਬਿਲਕੁਲ ਜ਼ਿਕਰ ਹੋਇਆ ਸੀ ਇੱਕ ਛੋਟਾ ਹੋਰ ਵਕਫਾ ਲੈਣੇ ਵਕਫਾ ਤੋਂ ਵਾਪਸ ਆਵਾਂ ਕਿ ਮਹਾਗਠਜੋੜ ਦਾ ਕੀ ਰੋਲ ਰਹੇਗਾ ਸਵਾਲ ਬਹੁਤ ਮਹੱਤਵਪੂਰਨ ਹੈ ਇੱਕ ਕਿਸਾਨ ਦੇ ਮੁੱਦੇ 'ਤੇ ਇਸ ਮੌਕੇ ਬੜੀ ਸਿਆਸਤ ਹੋਈ ਹੈ ਕਿਸਾਨ ਨੂੰ ਮਿਲਦਾ ਤਾਂ ਕੁਛ ਹੈ ਨਹੀਂਗਾ ਸਵਾਲ ਇਹ ਵੀ ਬੜਾ ਮਹੱਤਵਪੂਰਨ ਹੈਗਾ ਕਿਸਾਨ ਨੂੰ ਇੱਕ ਵਾਰ ਫਿਰ ਵੋਟ ਬੈਂਕ ਦੀ ਸਿਆਸਤ ਨਾਲ ਤੋਲਿਆ ਜਾ ਰਿਹਾ ਅਤੇ ਇਸ ਤੋਲ ਤਲਾਈ ਦੇ ਵਿੱਚ ਕਿਸਾਨ ਦੀਆਂ ਮੰਗਾਂ ਮੰਨਣ ਵਾਸਤੇ ਕੌਣ ਸੁਖਿਰਤ ਹੈਗਾ ਸਵਾਲ ਇਹ ਵੀ ਬੜਾ ਮਹੱਤਵਪੂਰਨ ਹੈਗਾ ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਕਾਰਡ ਖੇਡਿਆ ਗਿਆ ਅਤੇ ਪੰਜਾਬ ਦੇ ਵਿੱਚ ਸੱਤਾ ਹਾਸਲ ਕਰ ਲਈ ਉਹਨਾਂ ਸੂਬਿਆਂ ਵਿੱਚ ਵੀ ਕਿਸਾਨ ਕਾਰਡ ਖੇਡਿਆ ਗਿਆ ਅਤੇ ਸੱਤਾ ਤਕਰੀਬਨ ਹਾਸਲ ਕਰ ਲਈ ਸਿੰਘਾਸਨ 'ਤੇ ਬੈਠਣ 'ਚ ਕਾਮਯਾਬ ਹੋ ਜਾਣਗੇ ਪਰ ਇਹ ਸਿਆਸਤਦਾਨ ਕਿਸਾਨਾਂ ਲਈ ਕਰਨਗੇ ਕੀ ਸਵਾਲ ਇਹ ਵੀ ਹੈਗਾ ਫਿਰ ਤੋਂ ਵਾਪਸ ਆ ਰਿਹਾ ਭਾਜਪਾ ਹਾਰੀ ਜਾਂ ਕਾਂਗਰਸ ਜਿੱਤੀ ਸਵਾਲ ਬਹੁਤ ਮਹੱਤਵਪੂਰਨ ਸਵਾਲ ਅਸੀਂ ਇੱਕੋ ਪੁੱਛ ਰਹੇ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ 2018 ਦੇ ਵਿਧਾਨ ਸਭਾ ਚੋਣ ਨਤੀਜੇ 2019 ਦੀ ਸਿਆਸੀ ਤਸਵੀਰ ਵਿੱਚ ਕਿਹੜਾ ਰੰਗ ਭਰਨਗੇ ਰਾਹੁਲ ਗਾਂਧੀ ਨੇ ਲਗਾਤਾਰ ਇਹਨਾਂ ਚੋਣਾਂ ਦੌਰਾਨ ਇੱਕ ਗੱਲ ਕਹੀ ਕਿ ਕਿਸਾਨਾਂ ਦਾ ਕਰਜ਼ਾ ਮਾਫ਼ ਹੋਏਗਾ ਨਹੀਂ ਹੋਇਆ ਤਾਂ ਮੁੱਖ ਮੰਤਰੀ ਬਦਲਣਾ ਪਿਆ ਤਾਂ ਬਦਲ ਦੇਵਾਂਗੇ ਜੀ ਜੀ ਇਹਨਾਂ ਸੂਬਿਆਂ 'ਚ ਤਾਂ ਪਤਾ ਨਹੀਂ ਪੰਜਾਬ ਦਾ ਕੀ ਕਰੋਗੇ ਉਹਨਾਂ ਨੇ 10 ਦਿਨ ਵੀ ਕਹੇ ਆ ਮੱਧ ਪ੍ਰਦੇਸ਼ ਉਹਨਾਂ ਨੇ ਕਿਹਾ 10 ਦਿਨ ਦੇ ਅੰਦਰ ਪੰਜਾਬ ਦਾ ਕੀ ਕਰੋਗੇ ਚੌਹਾਨ ਸਾਹਿਬ ਪੰਜਾਬ ਦੇ ਵਿੱਚ ਜਦੋਂ ਇਹ ਵਾਅਦਾ ਕੀਤਾ ਸੀਗਾ ਉਸ ਤੋਂ ਬਾਅਦ ਬਾਵਜੂਦ ਮਾੜੀਆਂ ਹਾਲਤਾਂ ਦੇ 34% ਡਾਕਟਰ ਹੱਕ ਕਮੇਟੀ ਬਣਾ ਕੇ ਜਿੱਥੇ ਹੁਣ ਵਾਅਦੇ ਹੋ ਰਹੇ ਉੱਥੇ ਹਾਲਤਾਂ ਚੰਗੀਆਂ ਨੇ ਨਾ ਦਰਮਿਆਨੇ ਤੇ ਗਰੀਬ ਜਿਹੜੇ ਕਿਸਾਨ ਹੈ ਉਹਨਾਂ ਦਾ ਕਰਜ਼ਾ 2 ਲੱਖ ਦੇ ਕਰੀਬ ਮਾਫ਼ ਕੀਤਾ ਹਿੰਦੁਸਤਾਨ 'ਚ ਕਿਸੇ ਨੇ ਇੰਨਾ ਨਹੀਂ ਕੀਤਾ ਇਦੋਂ ਪਹਿਲਾਂ 2009 ਚ ਡਾਕਟਰ ਮਨਮੋਹਨ ਸਿੰਘ ਹੋਰਾਂ ਨੇ ਵੀ ਜਿਹੜਾ ਉਹ ਦੇਸ਼ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਸੀਗਾ ਜੇ ਉੱਥੇ ਵਾਅਦਾ ਕੀਤਾ ਉਹਨਾਂ ਦੀ ਪੰਜਾਬ ਨਾਲੋਂ ਆਰਥਿਕ ਹਾਲਤ ਇਹਨਾਂ ਸੂਬਿਆਂ ਦੀ ਜ਼ਿਆਦਾ ਬਿਹਤਰ ਇਹ ਕਿਸਾਨ ਕਰਜ਼ਾ ਮਾਫ਼ੀ ਕਹਿ ਕੇ ਸੱਤਾ 'ਚ ਆ ਗਏ ਤੁਸੀਂ ਕਿਸਾਨਾਂ ਦੀ ਗੋਲੀਆਂ ਚਲਾ ਕੇ ਬਾਹਰ ਹੋ ਗਏ ਮੈਂ ਕਹਿੰਦਾ ਹੈ ਵੀ ਕਿਆ ਪੰਜਾਬ 'ਚ ਨਸ਼ੇ ਖਤਮ ਹੋ ਗਏ 2 ਸਾਲ ਹੋ ਗਏ ਕਾਂਗਰਸ ਸਰਕਾਰ ਕਿਆ ਬਰਗਾੜੀ ਦੇ ਮੋਰਚੇ ਨੂੰ ਇਨਸਾਫ਼ 2 ਸਾਲ ਕਿਸਾਨਾਂ ਦਾ ਕਰਜ਼ਾ ਪੂਰੀ ਤਰ੍ਹਾਂ
ਮਾਫ ਨਹੀਂ ਸਾਰੇ ਏਜੰਡਾ ਸੀ ਇਹ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਤੇ ਸੌ ਖਾਦੀ ਹੱਥ ਰੱਖ ਕੇ ਉਹ ਸਾਰੀ ਸਟੇਟ ਪੋਲਿਸੀ ਗੱਲ ਨਹੀਂ ਕਰਦੇ ਆਪਾਂ ਕਿਸਾਨ ਕਾਰਡ ਦੀ ਗੱਲ ਕਰਦੇ ਪਏ ਤੁਸੀਂ ਵੀ ਖੱਡਿਆ ਕਿਸਾਨ ਕਾਰਡ ਮੱਧ ਪ੍ਰਦੇਸ਼ ਉਹਨਾਂ ਨੇ ਤੁਸੀਂ ਵੀ ਨਹੀਂ ਹੁੰਦੇ ਕਿਸਾਨਾਂ ਲਈ ਕੁਝ ਕੀਤਾ ਕਿਸਾਨ ਵਿਚਾਰੇ ਦਿੱਲੀ ਧਰਨੇ ਦਿੰਦੇ ਆ ਤੁਸੀਂ ਉਹਨਾਂ ਕੀ ਕੀਤਾ ਕਿਸਾਨਾਂ ਦਾ ਦੇਖੋ ਸਾਡੇ ਲਈ ਤੇ ਇਹ ਇਲੈਕਸ਼ਨ ਜਿਹੜੇ ਰਿਜ਼ਲਟ ਹੈ ਬਹੁਤ ਵੱਡਾ ਸਬਕ ਹੈ ਸਾਡੀ ਪਾਰਟੀ ਸਬਕ ਹੈ ਨਾ ਕਿਸਾਨਾਂ ਨੂੰ ਫਿਰ ਰਾਹਤ ਦੇ ਦਿਓ ਮੰਨ ਲਓ ਸਾਰੀਆਂ ਮੰਗਾਂ ਕਰ ਦਿੰਦੀਆਂ ਕੇਪੀ ਜੀ ਮੈਨੂੰ ਗਲਤ ਕਰਨ ਦਿਓ ਜਿੱਥੋਂ ਤੱਕ ਸਾਡੀ ਗੱਲ ਹੈ ਇਹ ਬਹੁਤ ਵੱਡਾ ਸਬਕ ਹੈ ਸਾਡੇ ਜਿਹੜੇ ਐਲੀਮੈਂਟ ਸਾਡੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰ ਰਹੇ ਸੀ ਉਹਨਾਂ ਤੋਂ ਸਰਕਾਰ ਨੂੰ ਸਖਤੀ ਨਾਲ ਨਿਪਟਣਾ ਪੈਣਾ ਔਰ ਡਿਵੈਲਪਮੈਂਟ ਤੇ ਹੀ ਨਹੀਂ ਬੋਲਦੇ ਬਈ ਉਹ ਐਲੀਮੈਂਟ ਨਹੀਂ ਸਮਝਦੇ ਨਹੀਂ ਨਹੀਂ ਕਿਹੜੇ ਐਲੀਮੈਂਟ ਹੈਗੇ ਮੇਰੀ ਗੱਲ ਸੁਣੋ ਨਾ ਜਿਹੜੇ ਵੀ ਐਲੀਮੈਂਟ ਨੇ ਨਾ ਨਾ ਚੁੱਕਿਆ ਮੈਂ ਕਹਿੰਦਾ ਵੀ ਕਮਿਊਨਲ ਏਜੰਡਾ ਇੱਥੇ ਨਹੀਂ ਚੱਲ ਸਕਦਾ ਕੰਗ ਸਾਹਿਬ ਕੈਮਰਾ ਬੰਦ ਕਰਦਾ ਨਹੀਂ ਨਹੀਂ ਮੈਂ ਦੱਸ ਦਿਓ ਕਮਿਊਨਲ ਆ ਦੱਸ ਦਿਓ ਆਫ ਰਿਕਾਰਡ ਦੱਸ ਦਿਓ ਚਲੋ ਨਹੀਂ ਨਹੀਂ ਤੁਸੀਂ ਮੈਂ ਕਿਸੇ ਹਰ ਮੈਂ ਕੈਮਰਾ ਬੰਦ ਕਰਦਾ ਮੈਂ ਕਹਿੰਦਾ ਮੈਂ ਕੰਗ ਸਾਹਿਬ ਮੈਂ ਕੈਮਰਾ ਬੰਦ ਕਰਦਾ ਤੁਸੀਂ ਦੱਸ ਦਿਓ ਬਾਅਦ ਚ ਮੈਂ ਆਪਦੇ ਮੂੰਹ ਦੱਸ ਦਿਆਂ ਨਹੀਂ ਮੈਂ ਕੰਗ ਸਾਹਿਬ ਇਹ ਕਹਿੰਦੇ ਸੀ ਮੈਂ ਪਹਿਲਾਂ ਜਾਂ ਐ ਕਹਿ ਦੂੰਗਾ ਕੰਗ ਸਾਹਿਬ ਕਹਿੰਦੇ ਵੀ ਮੇਰਾ ਨਾਮ ਨਾ ਲਿਓ ਦੱਸ ਦਿਓ ਪਰ ਮੈਂ ਪਹਿਲੀ ਗੱਲ ਇਹ ਕਹੀ ਕਮਿਊਨਲ ਪੋਲਿਟਿਕਸ ਇਸ ਮੁਲਕ 'ਚ ਨਹੀਂ ਚੱਲ ਸਕਦੀ ਕਿਸਾਨ ਪੋਲਿਟਿਕਸ ਚੱਲੂਗੀ ਕਿ ਨਹੀਂ ਕਿਸਾਨ ਪੋਲਿਟਿਕਸ ਚੱਲੂਗੀ ਬਿਲਕੁਲ ਕਿਸਾਨ ਵੱਲ ਵਾਪਸ ਆਉਣਾ ਪਊਗਾ ਤੁਹਾਨੂੰ ਕਿ ਨਹੀਂ ਸਬਕ ਲੈਣ ਕਿਸਾਨ ਵੱਲ ਵਾਪਸ ਆਉਂਗੇ ਹੁਣ ਕਿ ਨਹੀਂ ਬਹੁਤ ਵੱਡਾ ਸਬਕ ਹੈ ਮਹਮਦ ਖਾਲਿਦ ਕਿਸਾਨਾਂ ਨੂੰ ਸਾਰਿਆਂ ਨੇ ਵੋਟ ਬੈਂਕ ਵਜੋਂ ਵਰਤਿਆ ਹੁਣ ਕਿਸਾਨਾਂ ਦੀ ਗੱਲ ਉਹਨਾਂ ਸੂਬਿਆਂ ਵਿੱਚ ਜਾ ਕੇ ਚੱਲੀ ਹੈ ਜਿੱਥੇ ਕਹਿੰਦੇ ਗੋਲੀਆਂ ਚੱਲੀਆਂ ਕਿਸਾਨ ਮਰ ਰਿਹਾ ਕਿਸਾਨ ਤਾਂ ਹਾਲਾਂਕਿ ਬਹੁਤ ਸੂਬਿਆਂ ਦੇ ਵਿੱਚ ਮਰ ਰਹੇ ਮਹਮਦ ਖਾਲਿਦ ਦੇਖੋ ਹੁਣ ਵੀ ਕਿਤੇ ਕਿਸਾਨਾਂ ਨੂੰ ਜ਼ਰੀਆ ਤਾਂ ਨਹੀਂ ਬਣਾ ਦਿੱਤਾ ਜਾਊਗਾ ਸਿਰਫ ਮੈਂ ਤੁਹਾਨੂੰ ਦੱਸਦਾ ਕਿ ਕਰਜ਼ਾ ਮਾਫੀ ਜਿਹੜੀ ਹੈਗੀ ਨਾ ਇਹ ਡਿਜ਼ੀਜ਼ ਦਾ ਹੱਲ ਨਹੀਂ ਹੈ ਡਿਜ਼ੀਜ਼ ਕਿਤੇ ਹੋਰ ਹੈ ਇਹ ਜਿਹੜਾ ਕਰਜ਼ਾ ਮਾਫੀ ਕਰ ਦੇਣਾ ਇੱਕ ਬਿਲਕੁਲ ਹੀ ਛੋਟਾ ਜਿਹਾ ਐਸਪੈਕਟ ਹੈ ਕਿਸਾਨ ਦੀ ਲਾਈਫ ਦਾ ਇਸ ਤੋਂ ਇਲਾਵਾ ਕਿਸਾਨ ਨੂੰ ਹੋਰ ਬਹੁਤ ਕੁਛ ਲੋੜ ਹੈ ਜਦ ਤੱਕ ਕਿਸਾਨ ਦੀ ਖੇਤੀ ਲਾਹੇਵੰਦ ਆਪਾਂ ਨਹੀਂ ਕਰਦੇ ਉਸ ਵੇਲੇ ਉਹਦੇ ਕੋਈ ਵੀ ਤਰੀਕਾ ਅਪਣਾਈਏ ਕੋਈ ਵੀ ਮਤਲਬ ਸਟ੍ਰੈਟਜੀਜ਼ ਅਪਣਾਈਏ ਟੈਕਨੋਲੋਜੀ ਇੰਡਿਊਸ ਕਰੀਏ ਜਾਂ ਜੋ ਵੀ ਕੰਮ ਕਰੀਏ ਜਦ ਤੱਕ ਉਹ ਚੀਜ਼ ਨਹੀਂ ਹੁੰਦੀ ਕਿਸਾਨ ਸੈਟੀਸਫਾਈ ਨਹੀਂ ਹੋ ਸਕਦਾ ਤੁਸੀਂ ਕਰਜ਼ਾ ਅੱਜ ਮਾਫ ਕਰ ਦਿਓ ਤੁਹਾਡੀ ਗੱਲ 'ਚ ਵਜਨ ਹੈਗਾ ਮੰਮਾ ਕਾਲੀ ਤੁਹਾਡੀ ਗੱਲ 'ਚ ਵਜਨ ਹੈਗਾ ਤੁਸੀਂ ਪੜ੍ਹੇ ਲਿਖੇ ਹੋ ਪ੍ਰੋਫੈਸਰ ਹੋ ਬੱਚਿਆਂ ਨੂੰ ਪੜ੍ਹਾਉਂਦੇ ਹੋ ਤੁਸੀਂ ਸਮਝ ਸਕਦੇ ਹੋ ਚੀਜ਼ਾਂ ਜਦੋਂ ਸਿਆਸਤਦਾਨ ਵੋਟਰਾਂ ਦੇ ਵਿੱਚ ਜਾਂਦੇ ਆ ਨਾ ਰੈਲੀਆਂ ਕਰਦੇ ਆ ਜਦੋਂ ਕਹਿੰਦੇ ਆ ਤੁਹਾਡਾ ਕਰਜ਼ਾ ਮਾਫ਼ ਕਰ ਦਾਂਗੇ ਬਿਜਲੀ ਪਾਣੀ ਮਾਫ਼ ਕਰ ਦਾਂਗੇ ਵੋਟਰ ਤਾਂ ਐਂ ਇੰਪ੍ਰੈਸ ਹੋ ਜਾਂਦਾ ਨਾ ਉੱਥੇ ਤਾਂ ਨੀਤੀਆਂ ਦੀ ਗੱਲ ਹੀ ਨਹੀਂ ਹੁੰਦੀ ਜਿਹੜੀ ਨੀਤੀ ਕਾਂਗਰਸ ਨੇ ਬਣਾਈ ਸੀ ਸਵਾਮੀਨਾਥਨ ਕਮਿਸ਼ਨ ਵਾਲੀ ਉਹ ਨੀਤੀ ਕਿੱਥੇ ਆ ਦੇਖੋ ਗੱਲ ਇਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਜਿਹੜੀ ਹੈਗੀ ਆ ਉਹ ਠੰਡੇ ਬਸਤੇ 'ਚ ਪਾਈ ਗਈ ਉਸ ਨੂੰ 2014 ਦੇ ਇਲੈਕਸ਼ਨ ਦੇ ਵਿੱਚ ਕੱਢਿਆ ਗਿਆ ਬਿਲਕੁਲ ਠੀਕ ਹੈ ਔਰ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਾਂਗੇ ਲੇਕਿਨ ਉਹ ਲਾਗੂ ਫਿਰ ਵੀ ਨਹੀਂ ਹੋ ਸਕੇ ਪੂਰੀ ਤਰ੍ਹਾਂ ਲਾਗੂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਇਨਫੈਕਟ ਕੋਈ ਵੀ ਪਾਰਟੀ ਪਾਵਰ ਚਾਰਜ ਵਿੱਚ ਨਹੀਂ ਕਰ ਸਕਦੀ ਨਹੀਂ ਕਰ ਸਕਦੀ ਇਹਦੇ ਵਿੱਚ ਕੋਈ ਦੋ ਰਾਏ ਫਿਰ ਸਾਰੇ ਇਹੀ ਕਹਿਣਗੇ ਕਰਜ਼ਾ ਮਾਫ਼ ਕਰ ਦਾਂਗੇ ਬਸ ਇਹ ਹੈਗਾ ਲੇਕਿਨ ਇਸ ਤੇ ਸਿਆਸਤ ਕਰਦੇ ਰਹਿਣਗੇ ਸਿਰਫ ਕਰਜ਼ੇ ਤੋਂ ਅੱਗੇ ਵਧਣਾ ਪਏਗਾ ਕਰਜ਼ਾ ਤਾਂ ਕੱਲ ਨੂੰ ਫੇਰ ਹੋ ਜਾਣਾ ਫੇਰ ਤੁਸੀਂ ਉਸ ਚੀਜ਼ ਨੂੰ ਰੋਕਣੀ ਜ਼ਰੂਰੀ ਹੈ ਵਿਕਰਮਜੀਤ ਇੱਕ ਹੋਰ ਚੀਜ਼ ਮੈਂ ਐਡ ਆਨ ਕਰਨਾ ਚਾਹ ਰਿਹਾ ਇਸ ਦੇ ਵਿੱਚ ਤੁਹਾਡੇ ਕੋਲ ਹੀ ਆ ਰਿਹਾ ਮੈਂ ਇੱਕ ਪਾਸੇ ਪਾਰਟੀਆਂ ਨੇ ਜਿਹੜੀ ਕਿਸਾਨਾਂ ਵੱਲ ਭੱਜ ਰਹੀਆਂ ਨੇ ਦੂਜੇ ਪਾਸੇ ਕਿਸਾਨਾਂ ਦਾ ਮਹਾਗਠਜੋੜ ਇਹ ਕਹ ਰਿਹਾ ਕਿ ਅਸੀਂ ਕਿਸੇ ਪਾਰਟੀ ਦੇ ਮਹਾਗਠਜੋੜ ਵਿੱਚ ਵੀ ਨਹੀਂ ਜਾਣਾ ਇਹ ਸਵਰਾਜ ਇੰਡੀਆ ਦਾ ਪਿਛਲੇ ਦਿਨੀ ਵਰਜ਼ਨ ਜਿਹੜਾ ਹੈਗਾ ਉਹ ਸਾਹਮਣੇ ਆ ਗਿਆ ਕਿ ਅਸੀਂ ਨਹੀਂ ਜਾਵਾਂਗੇ ਅਸੀਂ ਆਪਣੇ ਆਪ ਅੱਡ ਹੋ ਕੇ ਇਲੈਕਸ਼ਨ ਲੜਾਂਗੇ ਉਸ ਸਿਨੇਰੀਓ ਵਿੱਚ ਫਿਰ ਪੋਲਿਟਿਕਸ ਕਿਸ ਪਾਸੇ ਜਾਵੇਗੀ ਦੇਖੋ ਵੋਟਰ ਮੱਧਿਆ ਪ੍ਰਦੇਸ਼ ਰਾਜਸਥਾਨ ਛੱਤੀਸਗੜ੍ਹ ਇਲੈਕਸ਼ਨ ਇਜ਼ ਸ਼ੋਇੰਗ ਵਨ ਥਿੰਗ ਕਿ ਵੋਟਰ ਇਜ਼ ਮੇਕਿੰਗ ਅ ਡਿਸਾਈਸਿਵ ਚੁਆਇਸ ਠੀਕ ਹੈ ਨਾ ਜਿਹੜੀ ਛੱਤੀਸਗੜ੍ਹ ਵਿੱਚ ਉਹਦੀ ਜੋਗੀ ਨੇ ਆਪਣੀ ਵੋਟ ਕਟਿੰਗ ਮਸ਼ੀਨ ਜਿਹਨੂੰ ਡਿਸਪੈਰੇਜਿੰਗਲੀ ਰੈਫਰ ਕਰਦੇ ਔਰ ਕੋਈ ਜ਼ਿਆਦਾ ਅਟਰੈਕਸ਼ਨ ਨਹੀਂ ਆਇਆ ਠੀਕ ਹੈ ਸੋ ਕਾਂਗਰਸ ਜੋ ਕਹਿ ਰਹੇ ਸੀ ਕਿ ਬਿਲਕੁਲ ਅਲੋਨ ਫਾਈਟ ਕਰ ਰਹੀ ਹੈ ਇਹਨੂੰ ਜ਼ਿਆਦਾ ਪ੍ਰੋਬਲਮ ਪੈਣੀ ਹੈ ਬਟ ਇਟ ਹੈਜ਼ ਸ਼ੋਨ ਇਟਸ ਮੈਟਲ ਸੋ ਮੈਨੂੰ ਲੱਗਦਾ ਹੈ ਵੋਟਰ ਵਿਲ ਮੇਕ ਅ ਕਲੀਅਰ ਚੋਇਸ ਬਿਟਵੀਨ ਟੂ ਮੇਨ ਸਟ੍ਰੀਮ ਪਾਰਟੀਜ਼ ਬਟ ਆਈ ਥਿੰਕ ਵੋਟ ਵੀ ਆਰ ਇਗਨੋਰਿੰਗ ਇਜ਼ ਕਿ ਮੱਧਿਆ ਪ੍ਰਦੇਸ਼ ਵਿੱਚ ਰੂਰਲ ਏਰੀਆਜ਼ ਵਿੱਚ ਬੀਜੇਪੀ ਪੂਰੀ ਵਾਈਪ ਆਊਟ ਨਹੀਂ ਹੋਈ ਸ਼ਿਵਰਾਜ ਚੌਹਾਨ ਦੀ ਫਿਰ ਵੀ ਅਪੀਲ ਹੈ ਔਰ ਬੀਜੇਪੀ ਨੇ ਰੂਰਲ ਏਰੀਆ ਵਿੱਚ ਕਾਫੀ ਵਿਕਰਮ ਜੀ ਮੈਂ ਇਹੀ ਸਵਾਲ ਕੀਤਾ ਸੀ ਅਮਰਿੰਦਰ ਕੰਗ ਉਹਨਾਂ ਨੇ ਜਵਾਬ ਦਿੱਤਾ ਤੁਸੀਂ ਜਵਾਬ ਦੇ ਸਕਦੇ ਹੋ ਨਹੀਂ ਸ਼ਿਵਰਾਜ ਚੌਹਾਨ ਦੀ ਕਾਬਲੀਅਤ ਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਮੱਧ ਪ੍ਰਦੇਸ਼ ਦੇ ਵਿੱਚ ਕਿ ਮੋਦੀ ਸਾਹਿਬ ਦੇ ਉਹਨਾਂ ਸ਼ਿਵਰਾਜ ਚੌਹਾਨ ਤੇ ਇੰਪੈਕਟ ਪੈ ਗਿਆ ਨਹੀਂ ਓਵਰਆਲ ਐਂਟੀ ਇਨਕੰਬੈਂਸੀ ਸੀਗੀ ਚਾਹੇ ਉਹ ਮੋਦੀ ਨੂੰ ਕਹਿ ਲਓ ਜਾਂ ਸ਼ਿਵਰਾਜ ਚੌਹਾਨ ਨੂੰ ਕਹਿ ਲਓ ਬਟ ਇਫ ਯੂ ਕਮ ਟੂ ਅਰਬਨ ਏਰੀਆਜ਼ ਆਫ ਮੱਧ ਪ੍ਰਦੇਸ਼ ਉਹਦੇ ਵਿੱਚ ਜਿਹੜੀ ਅਰਬਨ ਏਰੀਆਜ਼ ਆਪਾਂ ਬੀਜੇਪੀ ਨੂੰ ਪ੍ਰਜ਼ੂਮ ਕਰਦੇ ਬੀਜੇਪੀ ਜਿੱਦੀ ਤੇ ਉਹਦੇ ਵਿੱਚ ਕਾਂਗਰਸ ਹੈਜ਼ ਮੇਡ ਸਬਸਟੈਂਸ਼ੀਅਲ ਗੇਨਸ ਇਨ ਅਰਬਨ ਏਰੀਆਜ਼ ਔਰ ਜੋ ਬੀਜੇਪੀ ਦਾ ਟ੍ਰੈਡੀਸ਼ਨਲ ਵੋਟ ਬੈਂਕ ਜਿਹੜਾ ਆਪਾਂ ਸੋ ਕਾਲਡ ਅਪਰ ਕਾਸਟ ਵੋਟ ਬੈਂਕ ਕਹਿੰਦੇ ਨੇ ਅਰਬਨ ਸੈਂਟਰਡ ਹੈਗਾ ਜਾਂ ਉਹਨਾਂ ਦਾ ਹਿੰਦੁੱਤਵ ਵਾਲੀ ਥੋੜ੍ਹੀ ਟੈਂਡੈਂਸੀ ਇੱਕ ਮਿੰਟ ਮੇਰੀ ਗੱਲ ਸੁਣ ਲਓ ਉਹਦੇ ਵਿੱਚ ਮੈਨੂੰ ਲੱਗਦਾ ਹੈ ਬੀਜੇਪੀ ਦਾ ਡੈਂਟ ਆਇਆ ਬੀਜੇਪੀ ਦੀ ਹੈਜ਼ ਸਫਰਡ ਅ ਲੌਸ ਇਨ ਦੈਟ ਵੋਟ ਬੈਂਕ ਔਰ ਉਹਦੇ ਵਿੱਚ ਬੜਾ ਵੱਡਾ
ਟ੍ਰੈਡੀਸ਼ਨਲ ਬੀਜੇਪੀ ਵੋਟਰਸ ਐਂਡ ਸਪੋਰਟਰਸ। ਉਹਨਾਂ ਦੇ ਐਮਐਲਏ ਨੇ ਵੀ ਕਿਹਾ ਬਲੀਆ ਦੇ ਬੈਰੀਆ ਤੋਂ ਵਿਧਾਇਕ ਆ ਸੁਰਿੰਦਰ, ਉਹਨਾਂ ਨੇ ਵੀ ਇਹ ਗੱਲ ਕਹੀ ਐਸਸੀ ਐਸਟੀ ਐਕਟ ਵਿੱਚ ਜਿਹੜਾ ਤੁਸੀਂ ਕੀਤਾ ਨਾ ਉਹਦਾ ਵਿਰੋਧ ਹੈ। ਅਰਬਨ ਮਿਡਲ ਕਲਾਸ ਜਿਹੜੀ ਹੈ ਜਿਹੜੀ ਉਹਨਾਂ ਨੇ ਸਵਰਨਾਂ ਦਾ ਵੀ ਜ਼ਿਕਰ ਕੀਤਾ। ਕੇਪੀ ਜੀ, ਕੇਪੀ ਜੀ 13% ਵੋਟ ਮੱਧ ਪ੍ਰਦੇਸ਼ 'ਚ ਆਜ਼ਾਦ ਉਮੀਦਵਾਰਾਂ ਨੇ ਲਈ ਹੈ, 5% BSP ਨੇ ਲਈ ਹੈ, 41% ਕਾਂਗਰਸ ਨੇ ਲਈ ਹੈ, ਬੀਜੇਪੀ ਕੋਲ ਅਜੇ ਵੀ 42% ਵੋਟ ਹੈ। ਠੀਕ ਹੈ, ਬੀਜੇਪੀ ਸ਼ਿਵਰਾਜ ਸਿੰਘ ਚੌਹਾਨ ਅੱਜ ਵੀ ਪਹਿਲੀ ਚੋਇਸ ਹੈ ਮੁੱਖ ਮੰਤਰੀ ਦੀ, ਇਹਦੇ 'ਚ ਕੋਈ ਦੋ ਰਾਏ ਨਹੀਂ। ਕੇਪੀ ਜੀ ਸਭ ਤੋਂ ਵੱਧ ਕਲਟੀਵੇਟਡ ਏਰੀਆ ਉਹਨਾਂ ਦੇ ਟਾਈਮ 'ਚ ਵਧਿਆ ਹੈ। ਸ਼ਿਵਰਾਜ ਸੜਕਾਂ ਨੂੰ ਜਿਹੜਾ ਨੁਕਸਾਨ ਹੋਇਆ ਉਹ ਕਿਉਂ ਹੋਇਆ? ਮੈਂ ਕਿਹਾ ਨਾ ਇਹ ਤਾਂ ਪਰਫੈਕਟ ਗਿਣਾਏ ਤੁਸੀਂ ਮੇਰੀ ਗੱਲ ਨੂੰ, ਯਾਦ ਹੈ ਤੁਸੀਂ ਸੁਣਿਆ ਨੀ, ਮੈਂ ਕਿਹਾ ਵੀ 2 ਅਪ੍ਰੈਲ ਮੈਂ ਜਿਹੜੀ ਗੱਲ ਸੁਣਿਆ ਜਨਾਂ ਦੀ ਸੁਣਾਉਂਦੇ ਨਹੀਂ ਪਏ ਗਏ, ਜਿਹੜਾ 2 ਅਪ੍ਰੈਲ ਕਿਹੜੀਆਂ ਹੈਗੀਆਂ ਇਹਦੀਆਂ? ਮੈਂ ਕਹਿ ਰਿਹਾ ਨਾ, ਅੱਛਾ 2 ਅਪ੍ਰੈਲ ਨੂੰ ਦਲਿਤ ਵਾਲਾ ਇਸ਼ੂ, ਹਾਂ, ਸ਼ਿਵਰਾਜ ਸਿੰਘ ਦਾ ਮਾਈਕੇ ਲਾਲ ਵਾਲੀ ਗੱਲ ਕਹਿਣੀ, ਹਾਂ, ਐਂਡ ਜਿਹੜੇ ਕੁਛ ਜਿਹੜੀਆਂ ਆਰਗੇਨਾਈਜੇਸ਼ਨਾਂ ਜਿਹੜੀਆਂ ਬੀਜੇਪੀ, ਹਾਂ ਇਹੀ ਮੈਂ ਪੁੱਛਣਾ ਚਾਹ ਰਿਹਾ, ਇਹ ਕਿਹੜੀਆਂ ਆਰਗੇਨਾਈਜੇਸ਼ਨ ਕਿਹੜੀਆਂ ਇਹ? RSS ਔਰ ਉਹਦੀਆਂ ਜਿਹੜੀਆਂ ਫਰੰਟਲ ਆਰਗੇਨਾਈਜੇਸ਼ਨਾਂ ਹੈ, ਕਈ ਤੁਸੀਂ ਜਾਣਦੇ ਹੋ ਜਿਨ੍ਹਾਂ ਦੇ ਜਿਹੜੇ ਮੌਬ ਲਿੰਚਿੰਗ ਨੂੰ ਉਹਨਾਂ ਕਰਕੇ ਨੁਕਸਾਨ ਹੋ ਰਿਹਾ, ਜਿਹੜੇ ਧਾਰਮਿਕ ਏਜੰਡਾ ਲਾਗੂ ਕਰੋ ਉਹਨਾਂ ਕਰਕੇ ਨੁਕਸਾਨ ਹੋ ਰਿਹਾ, ਉਹਦਾ ਇੰਪੈਕਟ ਸ਼ਿਵਰਾਜ ਸਿੰਘ ਚੌਹਾਨ ਦੀ ਸਾਫ਼ ਸੁਥਰੀ ਇਮੇਜ ਨੂੰ ਵੀ ਪਿਆ। ਠੀਕ ਹੈ, ਮੈਂ ਇਹ ਸਵਾਲ ਜਾਣਦਾ ਮੁਹੰਮਦ ਖਾਲਿਦ, ਮੁਹੰਮਦ ਖਾਲਿਦ ਮੈਂ ਸਵਾਲ ਇੱਕ ਪਹਿਲਾਂ ਵੀ ਤੁਹਾਨੂੰ ਪੁੱਛਿਆ ਸੀ, ਹੁਣ ਦੁਬਾਰਾ ਫਿਰ ਪੁੱਛ ਰਿਹਾ ਜੀ, ਜਿਹੜੀ ਗੱਲ ਹੁਣ ਮਾਲਵਿੰਦਰ ਕੰਗ ਨੇ ਕਹੀ ਹੈ ਕਿ ਉਹ ਇੰਪੈਕਟ ਪਿਆ ਸ਼ਿਵਰਾਜ ਚੌਹਾਨ ਤੇ, ਤੁਸੀਂ ਮੇਰੀ ਗੱਲ ਪਹਿਲਾਂ ਸੁਣ, ਮੈਂ ਸੁਣ ਹਾਂ, ਮੈਨੂੰ ਘੱਟ ਸਮਝ ਆਉਂਦੀ ਹੈ ਥੋੜੀ ਜਿਹੀ, ਮੈਂ ਤਾਂ ਤੁਹਾਨੂੰ ਬੁਲਾਇਆ ਨਹੀਂ, ਮੈਨੂੰ ਸਮਝ ਆ ਨਹੀਂ, ਮੁਹੰਮਦ ਖਾਲਿਦ ਮੈਂ ਸਿਰੇ ਸਵਾਲ ਕਰ ਰਿਹਾ, ਭਾਜਪਾ ਹਾਰੀ ਜਾਂ ਕਾਂਗਰਸ ਜਿੱਤੀ? ਦੇਖੋ ਇਹਦੇ ਵਿੱਚ ਭਾਜਪਾ ਦਾ ਗ੍ਰਾਫ ਡਾਊਨ ਗਿਆ, ਇਹਦੇ 'ਚ ਕੋਈ ਦੋ ਰਾਏ ਨਹੀਂ ਹਨ। ਪਰਸੈਂਟੇਜ ਆਫ ਵੋਟ ਹਜੇ ਕਿੱਥੇ ਕਿੰਨੀ ਪਈ ਹੈ ਉਹ ਤਾਂ ਆਉਣ ਵਾਲੇ ਦਿਨਾਂ 'ਚ ਇਹਦਾ ਵਿਸ਼ਲੇਸ਼ਣ ਹੋਏਗਾ, ਲੇਕਿਨ ਇੱਕ ਲੰਬੇ ਸਮੇਂ ਤੋਂ ਤੁਸੀਂ ਇਹ ਦੇਖੋ ਕਿ ਕਾਂਗਰਸ BJP ਦੀਆਂ ਸਰਕਾਰਾਂ ਸੀਗੀਆਂ ਔਰ ਇਹ ਕਿਹਾ ਜਾਂਦਾ ਸੀਗਾ ਕਿ ਟੀਨਾ ਫੈਕਟਰ ਹੈ, ਦੇਰ ਇਜ਼ ਨੋ ਅਲਟਰਨੇਟਿਵ, ਉਹ ਜਿਹੜਾ ਹੈਗਾ ਮਿਥ ਇੱਕ ਤਾਂ ਟੁੱਟਿਆ। ਦੂਸਰਾ ਇਹ ਹੈਗਾ ਕਿ BJP ਜਾਂ ਨਰਿੰਦਰ ਮੋਦੀ ਨੂੰ ਤੁਸੀਂ ਫੀਲਡ ਕਰ ਦਿਓ ਅਖੀਰਲੇ ਦਿਨਾਂ ਦੇ ਵਿੱਚ, ਰੈਲੀਆਂ ਕਰਵਾ ਦਿਓ, ਉਹਦੇ ਨਾਲ ਸਾਰਾ ਠੀਕ ਹੋ ਜਾਂਦਾ, ਵੋਟਾਂ ਪੈ ਜਾਂਦੀਆਂ, ਉਹ ਮਿੱਥ ਵੀ ਟੁੱਟ ਗਿਆ। ਇਹ ਮਿੱਥ ਵੀ ਟੁੱਟ ਗਿਆ ਕਿ ਰਾਹੁਲ ਗਾਂਧੀ ਦੀ ਲੀਡਰਸ਼ਿਪ ਦੇ ਅੰਡਰ ਕਾਂਗਰਸ ਜਿਹੜੀ ਹੈਗੀ ਇਲੈਕਸ਼ਨ ਜਿੱਤ ਹੀ ਨਹੀਂ ਸਕਦੀ, ਉਹ ਪੱਪੂ ਦੀ ਇਮੇਜ ਹੈ, ਫਲਾਣਾ, ਉਹ ਵੀ ਮਿੱਥ ਟੁੱਟ ਗਿਆ। ਕਈ ਮਿੱਥ ਇਸ ਇਲੈਕਸ਼ਨ ਅਮਿਤ ਸ਼ਾਹ ਦਾ ਜਿਹੜਾ ਹੈਗਾ ਕਿ ਜੀ ਉਹ ਬਹੁਤ ਹੀ ਮਾਸਟਰ ਸਟ੍ਰੈਟਜੀਸ਼ੀਅਨ ਹੈ, ਉਹ ਚਾਣਕਿਆ ਹੈ, ਉਹ ਮਿੱਥ ਵੀ ਟੁੱਟਿਆ। ਕਈ ਮਿੱਥ ਇਸ ਤਿੰਨਾਂ ਇਹ 5 ਸਟੇਟ ਦੇ ਇਲੈਕਸ਼ਨ ਨੇ ਤੋੜੇ। ਠੀਕ ਹੈ, ਕਈ ਸਾਰੇ ਮਿੱਥ ਤੋੜੇ, ਪਰ ਨਵਾਂ ਮਿੱਥ ਕੀ ਬਣਾਇਆ ਵਿਕਰਮ ਜੀ? ਆਈ ਥਿੰਕ ਮਿੱਥ ਤੋੜਨਾ, ਦੇਖੋ ਮਿਸਟਰ ਮੋਦੀ ਦੀ ਇਨਅਬਿਲਿਟੀ ਟੂ ਡਿਲੀਵਰ ਔਨ ਹਿਸ ਐਕਸਟ੍ਰੀਮ ਏਜੰਡਾ, ਫੋਰ ਐਗਜ਼ਾਮਪਲ ਇਹ ਬਿਲੀਫ ਸੀ ਕਿ BJP RSS ਆ ਜਾਏਗੀ ਅਤੇ ਰਿਜ਼ਰਵੇਸ਼ਨ ਖਤਮ ਕਰ ਦੇਣਗੇ, BJP RSS ਆਏਗੀ ਤਾਂ 370-35 ਕਸ਼ਮੀਰ 'ਚ ਖਤਮ ਕਰ ਦੇਣਗੇ। ਠੀਕ ਹੈ ਨਾ, ਜਦ ਸੁਪਰੀਮ ਕੋਰਟ ਨੇ SC ST ਰਿਜ਼ਰਵੇਸ਼ਨ ਉੱਪਰ ਇੰਨੀ ਵੱਡੀ ਜੱਜਮੈਂਟ ਦਿੱਤੀ ਇਨ ਫੇਵਰ ਆਫ ਦਾ ਸੋ ਕਾਲਡ ਅਪਰ ਕਾਸਟ, ਇਹਨਾਂ ਨੇ ਸੇਮ ਇਹਨਾਂ ਦੀ ਜੋ ਸੋਚ ਸੀ, ਸਾਡੀ ਸਰਕਾਰ ਆਈ ਹੈ, ਉਹਨੇ ਨੇ ਬਿੱਲ ਪਾਸ ਕਰਕੇ ਓਵਰਟਰਨ ਕਰਤੀ। ਠੀਕ ਹੈ, ਸੋ ਮੋਦੀਜ਼ ਅਬਿਲਿਟੀ, ਥੋੜ੍ਹਾ ਜਿਹਾ ਐਡ ਕਰੂੰਗਾ, ਮੋਦੀਜ਼ ਅਬਿਲਿਟੀ ਟੂ ਡਿਲੀਵਰ ਔਨ ਦੀ ਰੈਡੀਕਲ ਏਜੰਡਾ, ਇਹ ਲੋਕਾਂ ਨੇ ਦੇਖਿਆ ਕਿ ਇਹ ਤਾਂ ਰੈਡੀਕਲ ਏਜੰਡਾ ਤਾਂ ਡਿਲੀਵਰ ਕਰ ਨਹੀਂ ਸਕਦਾ। ਸੋ ਮੈਂ ਆਪਾਂ ਵਾਈ ਨੋਟ, ਯੂ ਨੋ, ਲੋਕਾਂ ਨੇ ਇਹ ਦੇਖਿਆ ਕਿ ਉਹ ਇੰਨਾ ਮਸੀਹਾ ਨਹੀਂ ਹੈਗਾ। ਸੋ ਮੋਦੀ ਫੈਕਟਰ ਡਿਡ ਨੋਟ ਵਰਕ ਇਨ ਸ਼ਿਵਰਾਜ ਚੌਹਾਨ ਫੇਵਰ ਐਜ਼ ਇਟ ਸ਼ੁੱਡ ਹੈਵ। ਠੀਕ ਠੀਕ ਹੈ, ਮੁਹੰਮਦ ਖਾਲਿਦ ਲਾਸਟ ਮਿੰਟ ਦੇ ਦੇ, ਮੈਂ ਲਾਸਟ ਇੱਕ ਗੱਲ ਕਰਨਾ ਚਾਹੁੰਦਾ ਕਿ ਸ਼ਾਹ ਬਾਨੋ ਕੇਸ ਦੇ ਵਿੱਚ ਜਿਸ ਵੇਲੇ ਰਾਜੀਵ ਗਾਂਧੀ ਦੀ ਸਰਕਾਰ ਦੇ ਵਿੱਚ ਪਲਟਿਆ ਗਿਆ ਫੈਸਲਾ, ਕਿੰਨਾ ਜ਼ਿਆਦਾ ਵੇਲਾ ਹੁਣ ਤੱਕ ਮਚ ਰਿਹਾ ਕਿ ਜੀ ਮਾਈਨੋਰਟੀ ਅਪੀਸਮੈਂਟ ਹੈ, ਮਾਈਨੋਰਟੀ ਅਪੀਸਮੈਂਟ ਹੈ। ਤੁਸੀਂ ਇਸ ਵੇਲੇ ਦੇਖ ਲਓ ਜਲਕੱਟੂ ਦੇ ਮਾਮਲੇ ਦੇ ਵਿੱਚ ਪਲਟਿਆ ਗਿਆ ਸੁਪਰੀਮ ਕੋਰਟ ਦਾ ਤਾਮਿਲਨਾਡੂ ਦੇ ਵਿੱਚ, ਅਤੇ ਉਸ ਤੋਂ ਬਾਅਦ SC ST ਦੇ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਦੀ ਜੱਜਮੈਂਟ ਪਲਟੀ ਗਈ। ਇਹਦਾ ਮਤਲਬ ਇਹ ਹੈਗਾ ਕਿ ਪੋਲੀਟੀਕਲ ਪਾਰਟੀਜ਼ ਆਪਣੀ ਕਨਵੀਨੀਅੰਸ ਦੇ ਮੁਤਾਬਕ ਫੈਸਲੇ ਜਿਹੜੇ ਹੈਗੇ ਲਾਗੂ ਕਰਨ ਦੇਣਗੀਆਂ ਜਾਂ ਨਹੀਂ ਕਰਨ ਦੇਣਗੀਆਂ। ਠੀਕ ਹੈ, ਚਲੋ ਬਹੁਤ ਧੰਨਵਾਦ ਤੁਹਾਡਾ ਸਾਰੇ ਮਹਿਮਾਨ ਦਾ, ਗਗਨ ਤੁਹਾਡਾ ਵੀ ਧੰਨਵਾਦ, ਮੁਹੰਮਦ ਖਾਲਿਦ ਤੁਹਾਡਾ ਧੰਨਵਾਦ, ਦਰਸ਼ਨ ਸੰਧੂ ਤੁਹਾਡਾ ਬਹੁਤ ਧੰਨਵਾਦ, ਮਾਲਵਿੰਦਰ ਕੰਗ ਤੁਹਾਡਾ ਬਹੁਤ ਧੰਨਵਾਦ, ਅਤੇ ਵਿਕਰਮਜੀਤ ਸਿੰਘ ਤੁਹਾਡਾ ਬਹੁਤ ਧੰਨਵਾਦ। ਹਾਲਾਂਕਿ ਕੰਗ ਸਾਹਿਬ ਕਈ ਗੱਲਾਂ ਬਾਅਦ ਸਿੱਧੀਆਂ ਕਹਿ ਕੇ, ਕੰਗ ਸਾਹਿਬ ਤੁਹਾਡਾ ਦੁਬਾਰਾ ਧੰਨਵਾਦ ਕਰਦਾ ਮੈਂ। ਭਾਜਪਾ ਹਾਰੀ ਜਾਂ ਕਾਂਗਰਸ ਜਿੱਤੀ, ਸਵਾਲ ਇੱਥੇ ਅੱਖ ਨਹੀਂ ਰੁਕਦਾ ਹੈਗਾ, ਸਵਾਲ ਇਸ ਤੋਂ ਅੱਗੇ ਜਾਂਦਾ ਹੈਗਾ। ਜੇ ਵਿਰੋਧੀ ਤਕੜਾ ਹੋਵੇ ਨਾ ਭੱਜਣ ਵਿੱਚ ਮਜ਼ਾ ਆਉਂਦਾ, ਅਤੇ ਹੁਣ ਵਿਰੋਧੀ ਥੋੜ੍ਹਾ ਜਿਹਾ ਤਕੜਾ ਹੋ ਰਿਹਾ, ਹਾਲਾਂਕਿ ਮਹਾਂਗਠਜੋੜ ਦਾ ਸਹਾਰਾ ਲੈਣਾ ਪੈ ਸਕਦਾ, ਪਾਰਟੀਆਂ ਨੂੰ ਇਕੱਠੇ ਹੋਣਾ ਪੈ ਸਕਦਾ, 21 ਹੈ ਜਿਹੜੇ ਇਕੱਠੇ ਹੋ ਗਏ ਆ, ਕਿੰਨੇ ਇਕੱਠੇ ਹੋਏ ਆ, ਕਦੋਂ ਟੁੱਟਣਗੇ, ਕਦੋਂ ਹੋਰ ਜੁੜਨਗੇ, ਕਈ ਹੋਰ ਜੁੜ ਸਕਦੇ, ਨਹੀਂ ਜੁੜ ਸਕਦੇ, ਬਹੁਤ ਸਾਰੇ ਸਵਾਲ ਹੈਗੇ ਆ। ਪਰ ਜੇ ਵਿਰੋਧੀ ਤਕੜਾ ਹੋਵੇ ਭੱਜਣ ਦਾ ਮਜ਼ਾ ਆਉਂਦਾ, 2019 ਵਿੱਚ ਮਜ਼ਾ ਆਊਗਾ ਇਸ ਜਮਹੂਰੀਅਤ ਦੇ ਮੇਲੇ ਵਿੱਚ, ਜਸ਼ਨ ਕੌਣ ਮਨਾਊਗਾ, ਜਿਹੜਾ ਏਜੰਡੇ ਦੀ ਗੱਲ ਕਰੂਗਾ, ਜਿਹੜਾ ਲੋਕ ਹਿੱਤਾਂ ਦੇ ਮੁੱਦਿਆਂ ਦਾ ਜ਼ਿਕਰ ਕਰੇਗਾ, ਜਿਹੜਾ ਕਿਸਾਨੀ ਦੀ ਗੱਲ ਕਰੇਗਾ, ਜਿਹੜਾ ਅਰਥ ਵਿਵਸਥਾ ਦਾ ਜ਼ਿਕਰ ਕਰੇਗਾ, ਉਸ ਦੀ ਜੈ ਜੈਕਾਰ ਹੋਵੇਗੀ, ਉਸ ਨੂੰ ਵੋਟ ਦਿਓ, ਸਮਝ ਲਿਓ
एजेंडे आपदे तक सैट करते पे तो जात तो नहीं पूछते पे जो जात पूछन तो इन्हों वोट नहीं पानी चाहे जड़ी मर्जी पार्टी हो। बहुत धन्यवाद।